ਫਰੈਂਡਸ, ਅੱਜ ਆਪਾਂ ਕਰਨ ਜਾ ਰਹੇ ਹਾਂ ਇੰਡੀਅਨ ਪੋਲਿਟੀ ਦੇ ਪ੍ਰੀਵੀਅਸ ਈਅਰ ਕੁਐਸਚਨਸ ਦੀ ਸੀਰੀਜ਼ ਸਟਾਰਟ, ਜਿਸ ਦੇ ਵਿੱਚ ਅੱਜ ਆਪਾਂ ਕਰਨ ਜਾ ਰਹੇ ਹਾਂ 1 ਤੋਂ 50 ਤੱਕ ਕੁਐਸਚਨਸ। ਸੋ ਆਓ ਵੀਡੀਓ ਨੂੰ ਸਟਾਰਟ ਕਰਦੇ ਹਾਂ। ਕੁਐਸਚਨ ਨੰਬਰ 1, ਹੂ ਵਾਸ ਐਡਵਾਈਜ਼ਰ ਆਫ ਡਰਾਫਟਿੰਗ ਕਮੇਟੀ ਆਫ ਕੰਸਟੀਟੂਐਂਟ ਅਸੈਂਬਲੀ? ਸੰਵਿਧਾਨਿਕ ਸਭਾ ਦੀ ਡਰਾਫਟਿੰਗ ਕਮੇਟੀ ਦਾ ਸਲਾਹਕਾਰ ਕੌਣ ਸੀ? MN Roy, DN Rao, BR Ambedkar, Sachinanand Sena। ਇਸ ਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਬੀ, BN Rao। ਇਸ ਨੂੰ ਕਿਵੇਂ ਯਾਦ ਕਰਾਂਗੇ? ਐਡਵਾਈਜ਼ਰ ਯਾਨੀ ਕਿ ਰਾਏ ਦੇਣੀ, BN Rao, ਇਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ। ਆਈਡੀਆ ਕਿਹਨੇ ਦਿੱਤਾ ਸੀ? MN Roy ਨੇ। ਚੇਅਰਮੈਨ ਕੌਣ ਸੀ? BR Ambedkar। ਅਤੇ 7 ਮੈਂਬਰ ਕਮੇਟੀ ਸੀ, ਕਿਸ ਤਰੀਕੇ ਨਾਲ ਯਾਦ ਕਰਾਂਗੇ ਇਹਨਾਂ ਦੇ ਨਾਮ? MBD Bank, ਮੁਹੰਮਦ ਸਦੁੱਲਾ, BL ਮਿੱਤਰ, DP ਖੇਤਾਨ, ਭੀਮ ਰਾਓ ਅੰਬੇਦਕਰ, ਅਲਾਦੀ ਕ੍ਰਿਸ਼ਨ ਸਵਾਮੀ ਅਯਰ, ਐਨ ਗੋਪਾਲ ਸਵਾਮੀ, KM ਮੁਨਸ਼ੀ। ਨੰਬਰ 2, ਦਾ ਕੌਨਸਟੀਟਿਊਸ਼ਨ ਆਫ ਇੰਡੀਆ ਵਾਸ ਫਰੇਮਡ ਬਾਈ? ਭਾਰਤ ਦਾ ਸੰਵਿਧਾਨ ਕਿਸ ਦੁਆਰਾ ਤਿਆਰ ਕੀਤਾ ਗਿਆ ਸੀ? ਕੌਨਸਟੀਟਿਊਐਂਟ ਅਸੈਂਬਲੀ, ਬ੍ਰਿਟਿਸ਼ ਪਾਰਲੀਮੈਂਟ, ਇੰਡੀਅਨ ਪਾਰਲੀਮੈਂਟ, ਬ੍ਰਿਟਿਸ਼ ਮਨਾਰਕੀ? ਤਾਂ ਇਸਦਾ ਕਰੈਕਟ ਆਨਸਰ ਹੈ ਆਨਸਰ ਏ, ਕੌਨਸਟੀਟਿਊਐਂਟ ਅਸੈਂਬਲੀ। ਕੈਬਨਿਟ ਮਿਸ਼ਨ ਪਲਾਨ ਆਇਆ ਸੀ 16 ਮਈ 1946 ਨੂੰ, ਕੌਣ ਲੈ ਕੇ ਆਏ ਸੀ? 3 ਬੰਦੇ ਲੈ ਕੇ ਆਏ ਸੀ, ਕੀ ਨਾਮ ਸੀ ਉਹਨਾਂ ਦੇ? ਪੈਥਿਕ ਲਾਰੈਂਸ, ਏਵੀ ਅਲੈਗਜ਼ੈਂਡਰ, ਸਰ ਸਟੈਫੋਰਡ ਕ੍ਰਿਪਸ। ਕਿਵੇਂ ਯਾਦ ਕਰਾਂਗੇ ਇਸਨੂੰ? PAS, ਪਾਸ ਤੋਂ। ਜਿਨ੍ਹਾਂ ਦਾ ਹੈੱਡ ਕੌਣ ਸੀ? ਪੈਥਿਕ ਲਾਰੈਂਸ। ਅਤੇ PM ਕੌਣ ਸੀ ਬ੍ਰਿਟੇਨ ਦੇ? ਕਲੈਮੈਂਟ ਐਟਲੀ। ਕੁਸ਼ਚਨ 3, ਦਾ ਚੇਅਰਮੈਨ ਆਫ ਦਾ ਕੌਨਸਟੀਟਿਊਐਂਟ ਅਸੈਂਬਲੀ ਆਫ ਇੰਡੀਆ ਵਾਸ? ਭਾਰਤ ਦੀ ਸੰਵਿਧਾਨਿਕ ਸਭਾ ਦੇ ਚੇਅਰਮੈਨ ਕੌਣ ਸਨ? ਜਵਾਹਰ ਲਾਲ ਨਹਿਰੂ, ਮਹਾਤਮਾ ਗਾਂਧੀ, ਰਾਜੇਂਦਰ ਪ੍ਰਸਾਦ, ਸਰਦਾਰ ਵੱਲਭ ਭਾਈ ਪਟੇਲ? ਤਾਂ ਇਸਦਾ ਕਰੈਕਟ ਆਨਸਰ ਹੈ ਆਨਸਰ ਸੀ, ਡਾਕਟਰ ਰਾਜੇਂਦਰ ਪ੍ਰਸਾਦ। ਚੇਅਰਮੈਨ ਆਫ ਕੌਨਸਟੀਟਿਊਐਂਟ ਅਸੈਂਬਲੀ ਹੈ ਡਾਕਟਰ ਰਾਜੇਂਦਰ ਪ੍ਰਸਾਦ, ਜਦਕਿ ਸਰਦਾਰ ਵੱਲਭ ਭਾਈ ਪਟੇਲ ਕੌਣ ਸੀ? ਚੇਅਰਮੈਨ ਆਫ ਦਾ ਪ੍ਰੋਵਿੰਸ਼ੀਅਲ ਕਮੇਟੀ। ਦਾ ਫਸਟ ਮੀਟਿੰਗ ਆਫ ਦਾ ਕੌਨਸਟੀਟਿਊਐਂਟ ਅਸੈਂਬਲੀ ਵਾਸ ਪ੍ਰਿਸਾਈਡਿਡ ਓਵਰ ਬਾਏ ਡਾਕਟਰ ਸਚਿਨਾਨੰਦ ਸੈਨਾ। ਜਿਹੜੀ ਪਹਿਲੀ ਮੀਟਿੰਗ ਹੋਈ ਸੀ ਉਸਨੂੰ ਪ੍ਰਿਸਾਈਡ ਕਿਹਨੇ ਕੀਤਾ ਸੀ, ਯਾਨੀ ਕਿ ਪ੍ਰਧਾਨ ਕਿਹਨੇ ਕੀਤਾ ਸੀ? ਡਾਕਟਰ ਸਚਿਨਾਨੰਦ ਸੈਨਾ ਨੇ। ਆਪਣਾ ਕੁਸ਼ਚਨ ਹੈ, ਹੂ ਅਮੰਗ ਦਾ ਫੋਲੋਇੰਗ ਵਾਸ ਲੇਟਰ ਇਲੈਕਟਿਡ ਦਾ ਪ੍ਰੈਜੀਡੈਂਟ ਆਫ ਦਾ ਕੌਨਸਟੀਟਿਊਐਂਟ ਅਸੈਂਬਲੀ? ਸੰਵਿਧਾਨਿਕ ਸਭਾ ਦੇ ਪ੍ਰੈਜੀਡੈਂਟ ਯਾਨੀ ਕਿ ਰਾਸ਼ਟਰਪਤੀ ਕੌਣ ਬਣੇ ਸੀ? ਜਵਾਹਰ ਲਾਲ ਨਹਿਰੂ, ਡਾਕਟਰ BR ਅੰਬੇਦਕਰ, ਡਾਕਟਰ ਰਾਜੇਂਦਰ ਪ੍ਰਸਾਦ, ਮਹਾਤਮਾ ਗਾਂਧੀ? ਤਾਂ ਇਸਦਾ ਕਰੈਕਟ ਆਨਸਰ ਹੈ ਆਨਸਰ ਸੀ, ਡਾਕਟਰ ਰਾਜੇਂਦਰ ਪ੍ਰਸਾਦ। ਡਾਕਟਰ ਰਾਜੇਂਦਰ ਪ੍ਰਸਾਦ ਪ੍ਰੈਜੀਡੈਂਟ ਬਣੇ ਸੀ ਕੌਨਸਟੀਟਿਊਐਂਟ ਅਸੈਂਬਲੀ ਦੇ, ਅਤੇ ਪੰਡਿਤ ਜਵਾਹਰ ਲਾਲ ਨਹਿਰੂ ਓਬਜੈਕਟਿਵ ਰੈਜ਼ੋਲਿਊਸ਼ਨ ਲੈ ਕੇ ਆਏ ਸੀ। ਕੁਸ਼ਚਨ 9, ਦਾ ਨੈਸ਼ਨਲ ਫਲੈਗ ਵਾਸ ਅਡੋਪਟਿਡ ਬਾਏ ਦਾ ਕੌਨਸਟੀਟਿਊਐਂਟ ਅਸੈਂਬਲੀ ਔਨ ਇੰਡੀਆ ਔਨ? ਰਾਸ਼ਟਰੀ ਝੰਡੇ ਨੂੰ ਭਾਰਤ ਦੀ ਸੰਵਿਧਾਨਿਕ ਸਭਾ ਦੁਆਰਾ ਕਿਸ ਦਿਨ ਅਪਣਾਇਆ ਗਿਆ ਸੀ? 15 ਅਗਸਤ 1947, 22 ਜੁਲਾਈ 1947, 26 ਜਨਵਰੀ 1950 ਜਾਂ 2 ਜਨਵਰੀ 1950? ਤਾਂ ਇਸਦਾ ਕਰੈਕਟ ਆਨਸਰ ਹੈ 22 ਜੁਲਾਈ 1947, ਬੀ ਆਪਸ਼ਨ। ਨੈਸ਼ਨਲ ਫਲੈਗ ਨੂੰ ਅਡੋਪਟ ਕਦੋਂ ਕੀਤਾ ਗਿਆ ਸੀ? 22 ਜੁਲਾਈ 1947 ਨੂੰ। ਇਸਦਾ ਫਸਟ ਯੂਜ਼ ਕਦੋਂ ਕੀਤਾ ਗਿਆ ਸੀ? 21 ਦਸੰਬਰ 1929 ਨੂੰ। ਅਤੇ ਇਹ ਪਹਿਲੀ ਵਾਰ ਅਨਫਰਲਡ ਮਤਲਬ ਇਸਨੂੰ ਲਹਿਰਾਇਆ ਕਦੋਂ ਗਿਆ ਸੀ ਪਹਿਲੀ ਵਾਰ? ਤਾਂ 1930 ਦੇ ਵਿੱਚ। ਦ ਰੇਸ਼ੋ ਆਫ ਵਿਡਥ ਆਫ ਅਵਰ ਨੈਸ਼ਨਲ ਫਲੈਗ ਟੂ ਇਟਸ ਲੈਂਥ ਇਜ਼? ਰਾਸ਼ਟਰੀ ਝੰਡੇ ਦੀ ਚੌੜਾਈ ਅਤੇ ਲੰਬਾਈ ਦਾ ਅਨੁਪਾਤ ਕੀ ਹੈ? 3:5, 2:3, 3:2, 3:4। ਇਹ ਕੁਸ਼ਚਨ ਬਹੁਤ ਵਾਰ ਪੇਪਰ ਦੇ ਵਿੱਚ ਆਇਆ ਹੈ ਅਤੇ ਬਹੁਤ ਵਾਰ ਇਹ ਕੁਸ਼ਚਨ ਬੱਚੇ ਗਲਤ ਕਰਦੇ ਹਨ। ਤਾਂ ਇਸਦਾ ਕਰੈਕਟ ਆਨਸਰ ਹੈ ਆਨਸਰ ਬੀ, 2:3।
ਕਿਉਂਕਿ ਇੱਥੇ ਪੁੱਛਿਆ ਗਿਆ ਹੈ ਵਿਡਥ ਦੀ ਰੇਸ਼ੋ ਲੈਂਥ ਦੇ ਨਾਲ, ਨਾ ਕਿ ਲੈਂਥ ਰੇਸ਼ੋ ਵਿਡਥ। ਨੈਸ਼ਨਲ ਫਲੈਗ ਹੋਰੀਜ਼ੋਂਟਲ ਹੁੰਦਾ ਹੈ, ਟ੍ਰਾਈ ਕਲਰ ਤਿੰਨ ਰੰਗ ਦਾ ਹੁੰਦਾ ਹੈ, ਟੋਪ ਤੇ ਸੈਫਰਨ ਕਲਰ ਹੁੰਦਾ ਹੈ, ਮਿਡਲ ਦੇ ਵਿੱਚ ਹੁੰਦਾ ਹੈ ਵਾਈਟ ਕਲਰ ਅਤੇ ਲਾਸਟ ਦੇ ਵਿੱਚ ਹੁੰਦਾ ਹੈ ਗ੍ਰੀਨ ਕਲਰ। ਅਤੇ ਇਸਦੇ ਜੇ ਰੇਸ਼ੋ ਦੀ ਗੱਲ ਕਰੀਏ ਤਾਂ ਵਿਡਥ ਹੁੰਦੀ ਹੈ ਇਸਦੀ 2 ਅਤੇ ਲੈਂਥ ਹੁੰਦੀ ਹੈ ਇਸਦੀ 3, ਇਸ ਕਰਕੇ 2:3। ਸੈਂਟਰ ਦੇ ਵਿੱਚ ਇੱਕ ਨੇਵੀ ਬਲੂ ਕਲਰ ਦਾ ਵੀਲ ਹੁੰਦਾ ਹੈ ਜਿਸ ਦੇ ਵਿੱਚ 24 ਸਪੋਕਸ ਹੁੰਦੀਆਂ ਹਨ। ਕੁਐਸਚਨ 7, ਦ ਫਸਟ ਅਟੈਂਪਟ ਬਾਈ ਇੰਡੀਅਨਸ ਦੈਮਸੈਲਵਸ ਟੂ ਪ੍ਰੀਪੇਅਰ ਅ ਕੌਨਸਟੀਟਿਊਸ਼ਨ ਆਫ ਇੰਡੀਆ ਵਾਜ ਮੇਡ ਇਨ ਦ, ਭਾਰਤ ਦੇ ਸੰਵਿਧਾਨ ਤਿਆਰ ਕਰਨ ਲਈ ਖੁਦ ਭਾਰਤੀਆਂ ਦੁਆਰਾ ਪਹਿਲਾ ਯਤਨ ਕਿਸ ਵਿੱਚ ਕੀਤਾ ਗਿਆ ਸੀ? ਗਾਂਧੀ ਰਿਪੋਰਟ, ਨਹਿਰੂ ਰਿਪੋਰਟ, ਬੋਸ ਰਿਪੋਰਟ, ਅੰਬੇਦਕਰ ਰਿਪੋਰਟ। ਤਾਂ ਇਸਦਾ ਕਰੈਕਟ ਆਂਸਰ ਹੈ ਆਂਸਰ ਬੀ, ਨਹਿਰੂ ਰਿਪੋਰਟ। ਦ ਨਹਿਰੂ ਰਿਪੋਰਟ ਵਾਜ ਫਸਟ ਅਟੈਂਪਟ ਬਾਈ ਇੰਡੀਅਨਸ ਇਨ ਦ ਡਾਇਰੈਕਸ਼ਨ ਆਫ ਕੌਨਸਟੀਟਿਊਸ਼ਨ ਮੇਕਿੰਗ, ਯਾਨੀ ਕਿ ਸੰਵਿਧਾਨ ਬਣਾਉਣ ਦੇ ਵਿੱਚ ਸਭ ਤੋਂ ਪਹਿਲਾ ਯਤਨ ਕਾਹਦੇ ਵਿੱਚ ਕੀਤਾ ਗਿਆ ਸੀ? ਨਹਿਰੂ ਰਿਪੋਰਟ ਦੇ ਵਿੱਚ। ਕੁਐਸਚਨ 8, ਦ ਨੈਸ਼ਨਲ ਫਲੈਗ ਵਾਜ ਪ੍ਰੈਜੈਂਟਡ ਟੂ ਦ ਨੇਸ਼ਨ ਐਟ ਦ ਮਿਡਨਾਈਟ ਸੈਸ਼ਨ ਆਫ ਦ ਅਸੈਂਬਲੀ ਔਨ 14 August 1947 ਔਨ ਬਿਹਾਫ ਆਫ, 14 August 1947 ਨੂੰ ਅਸੈਂਬਲੀ ਦੇ ਅੱਧੀ ਰਾਤ ਦੇ ਸੈਸ਼ਨ ਵਿੱਚ ਰਾਸ਼ਟਰੀ ਝੰਡਾ ਕਿਸ ਦੀ ਤਰਫੋਂ ਭੇਟ ਕੀਤਾ ਗਿਆ ਸੀ? ਦ ਮਾਈਨੋਰਿਟੀਜ਼ ਆਫ ਇੰਡੀਆ, ਦ ਵੂਮੈਨ ਆਫ ਇੰਡੀਆ, ਦ ਨੈਸ਼ਨਲ ਇੰਟੀਗ੍ਰੇਸ਼ਨ ਕਾਊਂਸਿਲ, ਦ ਪੀਪਲ ਆਫ ਇੰਡੀਆ। ਤਾਂ ਇਸਦਾ ਕਰੈਕਟ ਆਂਸਰ ਹੈ ਆਂਸਰ ਡੀ, ਦ ਪੀਪਲ ਆਫ ਇੰਡੀਆ। ਨੈਸ਼ਨਲ ਫਲੈਗ ਅਡੋਪਟ ਕੀਤਾ ਗਿਆ ਸੀ 22 July 1947 ਨੂੰ ਅਤੇ ਪ੍ਰੈਜੈਂਟ ਕੀਤਾ ਗਿਆ ਸੀ ਨੇਸ਼ਨ ਵੱਲੋਂ ਔਨ ਦ ਬਿਹਾਫ ਆਫ ਪੀਪਲ ਆਫ ਇੰਡੀਆ। ਕੁਐਸਚਨ 9, ਇਨ ਵਿਚ ਆਫ ਦ ਫੋਲੋਇੰਗ ਈਅਰ ਫਸਟ 5-year ਪਲਾਨ ਵਾਜ ਲਾਂਚਡ, ਪਹਿਲੀ 5 ਸਾਲਾ ਯੋਜਨਾ ਕਿਸ ਸਾਲ ਸ਼ੁਰੂ ਕੀਤੀ ਗਈ ਸੀ? 1951, 1952, 1953, 1954। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਏ, 1951। ਫਸਟ 5-year ਪਲਾਨ ਲਾਂਚ ਕੀਤਾ ਗਿਆ ਸੀ 1951 ਦੇ ਵਿੱਚ ਅਤੇ ਉਸ ਟਾਈਮ PM ਕੌਣ ਸੀ? ਪੰਡਿਤ ਜਵਾਹਰ ਲਾਲ ਨਹਿਰੂ। ਅਤੇ ਇਹ ਸਟਾਰਟ ਕੀਤਾ ਗਿਆ ਸੀ ਬਾਈ ਪਲੈਨਿੰਗ ਕਮਿਸ਼ਨ, ਕਦੋਂ? ਇਨ March 1950 ਦੇ ਵਿੱਚ। ਕੁਐਸਚਨ 10, ਵੈਨ ਵਾਜ ਦ ਫਸਟ ਜਨਰਲ ਇਲੈਕਸ਼ਨ ਹੈਲਡ, ਪਹਿਲੀਆਂ ਆਮ ਚੋਣਾਂ ਕਦੋਂ ਹੋਈਆਂ? 1951-52, 1949-50, 1947-48, 1953-54। ਤਾਂ ਇਸਦਾ ਕਰੈਕਟ ਆਂਸਰ ਹੈ ਆਂਸਰ ਏ, 1951-52। ਫਸਟ ਜਨਰਲ ਇਲੈਕਸ਼ਨ ਕਦੋਂ ਹੋਈਆਂ ਸੀ? 1951 ਦੇ ਵਿੱਚ। ਕੁਐਸਚਨ ਨੰਬਰ 11, ਦ ਵਰਡ ਸਤਿਆਮੇਵ ਜਯਤੇ ਇਨਸਕ੍ਰਾਈਬ ਬਿਲੋ ਦ ਬੇਸ ਪਲੇਟ ਆਫ ਦ ਐਮਬਲਮ ਆਫ ਇੰਡੀਆ ਆਰ ਟੇਕਨ ਫਰੋਮ, ਭਾਰਤ ਦੇ ਪ੍ਰਤੀਕ ਦੀ ਬੇਸ ਪਲੇਟ ਦੇ ਹੇਠਾਂ ਲਿਖੇ ਸਤਿਆਮੇਵ ਜਯਤੇ ਸ਼ਬਦ ਕਿੱਥੋਂ ਲਿਆ ਗਿਆ ਹੈ? ਰਿਗਵੇਦ, ਸਤਪਾਠ, ਬ੍ਰਹਮਾ, ਮੁੰਡਕ ਉਪਨਿਸ਼ਦ ਜਾਂ ਰਮਾਇਣਾ? ਤਾਂ ਇਸਦਾ ਕਰੈਕਟ ਆਂਸਰ ਹੈ ਆਂਸਰ ਸੀ, ਮੁੰਡਕ ਉਪਨਿਸ਼ਦ। ਸਤਿਆਮੇਵ ਜਯਤੇ ਵਰਡ ਕਿੱਥੇ ਲਿਖਿਆ ਹੁੰਦਾ ਹੈ? ਐਮਬਲਮ ਦੇ ਨੀਚੇ ਲਿਖਿਆ ਹੁੰਦਾ ਹੈ ਬੇਸ ਪਲੇਟ ਤੇ, ਤੇ ਵਰਡ ਕਿੱਥੋਂ ਲਿਆ ਗਿਆ ਹੈ? ਮੁੰਡਕ ਉਪਨਿਸ਼ਦ ਤੋਂ, ਜਿਸਦਾ ਮਤਲਬ ਕੀ ਹੁੰਦਾ ਹੈ? ਟਰੁੱਥ ਅਲੋਨ ਟ੍ਰਾਇੰਫ। ਕੁਐਸਚਨ ਨੰਬਰ 12, ਦ ਸੁਪਰੀਮ ਕੋਰਟ ਵਾਜ ਐਸਟੈਬਲਿਸ਼ਡ ਔਨ, ਸੁਪਰੀਮ ਕੋਰਟ ਦੀ ਸਥਾਪਨਾ ਕਦੋਂ ਕੀਤੀ ਗਈ ਸੀ? 1950, 1949, 1962 ਜਾਂ 1980? ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਏ, 1950। 26 January 1950 ਨੂੰ ਸੁਪਰੀਮ ਕੋਰਟ ਐਸਟੈਬਲਿਸ਼ਡ ਹੋਇਆ ਸੀ, ਯਾਨੀ ਕਿ ਸਥਾਪਨਾ ਕੀਤੀ ਗਈ ਸੀ।
28 ਜਨਵਰੀ 1950 ਨੂੰ ਸੁਪਰੀਮ ਕੋਰਟ ਦੀ ਇਨੋਗਰੇਸ਼ਨ ਕੀਤੀ ਗਈ ਸੀ। ਦ ਪ੍ਰੀਐਂਬਲ ਆਫ ਆਵਰ ਕੰਸਟੀਟਿਊਸ਼ਨ ਪ੍ਰੋਵਾਈਡਡ ਦੈਟ ਇੰਡੀਆ ਇਜ਼, ਪ੍ਰੀਐਂਬਲ ਦੇ ਵਿੱਚ ਕੀ ਲਿਖਿਆ ਹੋਇਆ ਹੈ, ਇੰਡੀਆ ਕੀ ਹੈ, ਸੋਵਰਨ ਸੋਸ਼ਲਿਸਟ ਐਂਡ ਡੈਮੋਕ੍ਰੇਟਿਕ ਰਿਪਬਲਿਕ, ਸੋਵਰਨ ਸੋਸ਼ਲਿਸਟ ਸੈਕੂਲਰ ਐਂਡ ਡੈਮੋਕ੍ਰੇਟਿਕ ਰਿਪਬਲਿਕ, ਸੋਵਰਨ ਰਿਪਬਲਿਕ ਵਿਦ ਸੋਸ਼ਲਿਸਟ ਪੈਟਰਨ ਆਫ ਸੋਸਾਇਟੀ, ਜਾਂ ਫਿਰ ਸੋਸ਼ਲਿਸਟ ਸੈਕੂਲਰ ਐਂਡ ਡੈਮੋਕ੍ਰੇਟਿਕ ਰਿਪਬਲਿਕ। ਇਸ ਦਾ ਕਰੈਕਟ ਆਂਸਰ ਹੈ ਆਂਸਰ ਬੀ, ਸੋਵਰਨ ਸੋਸ਼ਲਿਸਟ ਸੈਕੂਲਰ ਐਂਡ ਡੈਮੋਕ੍ਰੇਟਿਕ ਰਿਪਬਲਿਕ। ਆਪਾਂ ਪ੍ਰੀਐਂਬਲ ਦੇ ਵਿੱਚ ਪੜ੍ਹਦੇ ਹਾਂ, ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੇਟਿਕ ਰਿਪਬਲਿਕ ਕਮਿਟਿਡ ਟੂ ਜਸਟਿਸ, ਇਕੁਐਲਿਟੀ ਐਂਡ ਲਿਬਰਟੀ। ਹੁਣ ਆਪਾਂ ਇਸਨੂੰ ਕਿਵੇਂ ਯਾਦ ਰੱਖਾਂਗੇ? ਦੇਖੋ, ਡੈਮੋਕ੍ਰੇਟਿਕ ਰਿਪਬਲਿਕ ਤੁਹਾਨੂੰ ਸਭ ਨੂੰ ਯਾਦ ਹੋਏਗਾ ਕਿ ਪਿੱਛੇ ਆਏਗਾ ਹੀ ਆਏਗਾ। ਫਿਰ ਆਪਾਂ ਸੋਵਰਨ ਸੋਸ਼ਲਿਸਟ ਤੇ ਸੈਕੂਲਰ ਨੂੰ ਲਾਈਨ ਵਾਈਜ਼ ਕਿਵੇਂ ਯਾਦ ਰੱਖਾਂਗੇ? ਇਸ ਨੂੰ ਯਾਦ ਕਰਨ ਦੀ ਟ੍ਰਿਕ ਹੈ ਕਿ ਆਪਾਂ ਉਲਟੀ ABC ਦੇ ਤਰੀਕੇ ਨਾਲ ਚੱਲਣਾ ਹੈ, ਯਾਨੀ ਕਿ ਉਲਟੀ ਡਿਕਸ਼ਨਰੀ ਦੇ ਅਕੋਰਡਿੰਗ ਚੱਲਣਾ ਹੈ। ਤਾਂ ਪਹਿਲਾਂ ਆਏਗਾ SOV, ਫਿਰ ਆਏਗਾ SOC ਅਤੇ ਫਿਰ ਆਏਗਾ SE। ਜਾਂ ਫਿਰ ਆਪਾਂ ਪਿੱਛੋਂ ਸ਼ੁਰੂ ਕਰੀਏ ਤਾਂ ਸਿੱਧੀ ABC ਦੇ ਅਕੋਰਡਿੰਗ ਚੱਲਾਂਗੇ, ਪਹਿਲਾਂ ਆਏਗਾ SE, ਫਿਰ ਆਏਗਾ SOC, ਫਿਰ ਆਏਗਾ SOV। ਇਸ ਤਰੀਕੇ ਨਾਲ ਯਾਦ ਕਰ ਸਕਦੇ ਹਾਂ ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੇਟਿਕ ਰਿਪਬਲਿਕ। ਕੁਸ਼ਚਨ ਨੰਬਰ 14, ਹਾਊ ਮੈਨੀ ਟਾਈਮਸ ਹੈਜ਼ ਦ ਪ੍ਰੀਐਂਬਲ ਟੂ ਦ ਕੰਸਟੀਟਿਊਸ਼ਨ ਆਫ ਇੰਡੀਆ ਹੈਜ਼ ਬੀਨ ਅਮੈਂਡਿਡ, ਯਾਨੀ ਕਿ ਪ੍ਰੀਐਂਬਲ ਦੇ ਵਿੱਚ ਕਿੰਨੀ ਵਾਰ ਅਮੈਂਡਮੈਂਟ ਯਾਨੀ ਕਿ ਸੋਧ ਕੀਤੀ ਜਾ ਚੁੱਕੀ ਹੈ? ਵੰਸ, ਟਵਾਈਸ, ਥ੍ਰਾਈਸ, ਨੈਵਰ। ਇਸ ਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਏ, ਵੰਸ। 42nd ਅਮੈਂਡਮੈਂਟ 1976 ਦੇ ਵਿੱਚ 42ਵੀਂ ਸੋਧ ਹੋਈ ਸੀ, ਜਿਸ ਦੇ ਵਿੱਚ ਪ੍ਰੀਐਂਬਲ ਨੂੰ ਅਮੈਂਡਮੈਂਟ ਕੀਤੀ ਗਈ ਸੀ। ਮਿੰਨੀ ਕੰਸਟੀਟਿਊਸ਼ਨ ਆਫ ਇੰਡੀਆ ਇਸ ਨੂੰ ਕਿਹਾ ਜਾਂਦਾ ਹੈ। 10 ਵਰਡਸ ਇਸ ਦੇ ਵਿੱਚ ਐਡ ਕੀਤੇ ਗਏ ਸੀ ਨਵੇਂ। ਕਿਵੇਂ ਯਾਦ ਰੱਖਾਂਗੇ ਆਪਾਂ ਇਹਨਾਂ ਨੂੰ? SISS, ਸੋਸ਼ਲਿਸਟ ਇੰਟੀਗ੍ਰਿਟੀ ਤੇ ਸੈਕੂਲਰ, ਅਤੇ PM ਉਸ ਟਾਈਮ ਕੌਣ ਸੀ? ਇੰਦਰਾ ਗਾਂਧੀ। ਕੁਸ਼ਚਨ ਨੰਬਰ 15, ਵਟ ਆਰ ਦ 3 ਵਰਡਸ ਆਫ ਇੰਡੀਅਨ ਕੰਸਟੀਟਿਊਸ਼ਨ ਰਿਲੇਟਿਡ ਟੂ ਆਈਡੀਆ ਆਫ ਸੈਲਫ ਗਵਰਨਮੈਂਟ? ਭਾਰਤੀ ਸੰਵਿਧਾਨ ਦੇ 3 ਸ਼ਬਦ ਸਵੈ ਸਰਕਾਰ ਦੇ ਵਿਚਾਰ ਨਾਲ ਸੰਬੰਧਿਤ ਹਨ। ਵੀ ਦ ਪੀਪਲ, ਵੀ ਦ ਗਵਰਨਮੈਂਟ, ਵੀ ਦ ਸਿਟੀਜ਼ਨ, ਵੀ ਦ ਇੰਡੀਅਨ। ਇਸ ਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਏ, ਵੀ ਦ ਪੀਪਲ। ਪਹਿਲੇ 3 ਵਰਡਸ ਕੰਸਟੀਟਿਊਸ਼ਨ ਦੇ ਕਿਹੜੇ ਹਨ? ਵੀ ਦ ਪੀਪਲ। ਕੁਸ਼ਚਨ ਨੰਬਰ 16, ਫੰਡਾਮੈਂਟਲ ਰਾਈਟਸ ਇਨ ਦ ਇੰਡੀਅਨ ਕੰਸਟੀਟਿਊਸ਼ਨ ਹੈਵ ਬੀਨ ਟੇਕਨ ਫਰੋਮ ਵਿਚ ਕੰਸਟੀਟਿਊਸ਼ਨ? ਤਾਂ ਭਾਰਤੀ ਸੰਵਿਧਾਨ ਵਿੱਚ ਮੌਲਿਕ ਅਧਿਕਾਰ ਕਿਹੜੇ ਸੰਵਿਧਾਨ ਤੋਂ ਲਏ ਗਏ ਹਨ? ਰਸ਼ੀਅਨ ਕੰਸਟੀਟਿਊਸ਼ਨ, USA ਕੰਸਟੀਟਿਊਸ਼ਨ, ਬ੍ਰਿਟਿਸ਼ ਕੰਸਟੀਟਿਊਸ਼ਨ, ਜਾਂ ਫਿਰ ਐਕਟ ਆਫ 1935। ਇਸ ਦਾ ਕਰੈਕਟ ਆਂਸਰ ਹੈ ਆਪਸ਼ਨ ਬੀ, USA ਕੰਸਟੀਟਿਊਸ਼ਨ। ਦੇਖ ਲੈਂਦੇ ਹਾਂ USA ਤੋਂ ਆਪਾਂ ਹੋਰ ਕਿਹੜੀਆਂ ਕਿਹੜੀਆਂ ਚੀਜ਼ਾਂ ਲਈਆਂ ਹਨ। ਫੰਡਾਮੈਂਟਲ ਰਾਈਟਸ ਲਈ ਹਨ, ਪ੍ਰੈਜ਼ੀਡੈਂਟ ਦਾ ਆਈਡੀਆ ਕੰਸੈਪਟ ਸੀਟ ਅਤੇ ਇੰਪੀਚਮੈਂਟ ਲਈ ਹੈ, ਪ੍ਰੀਐਂਬਲ ਲਿਆ ਹੈ, ਸੁਪਰੀਮ ਕੋਰਟ ਦਾ ਕੰਸੈਪਟ ਲਿਆ ਹੈ, ਰਿਮੂਵਲ ਆਫ ਸੁਪਰੀਮ ਕੋਰਟ ਜੱਜਿਸ ਦਾ ਕੰਸੈਪਟ ਲਿਆ ਹੈ, ਵਾਈਸ ਪ੍ਰੈਜ਼ੀਡੈਂਟ ਜਿਹੜਾ ਕਿ ਐਕਸ ਓਫੀਸ਼ੀਓ ਚੇਅਰਮੈਨ ਹੁੰਦਾ ਹੈ ਰਾਜ ਸਭਾ ਦਾ, ਤਾਂ ਇਸਦਾ ਕੰਸੈਪਟ ਲਿਆ ਹੈ USA ਤੋਂ। ਡਾਇਟ ਇਸ ਦਾ ਪਾਰਲੀਮੈਂਟ ਆਫ, ਡਾਇਟ ਕਿਸ ਦੀ ਸੰਸਦ ਹੈ? ਜਰਮਨੀ, ਇਜ਼ਰਾਈਲ, ਮਲੇਸ਼ੀਆ ਜਾਂ ਜਾਪਾਨ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਡੀ, ਜਾਪਾਨ। ਅਤੇ ਇਹ ਹਨ ਬਾਕੀ ਕੰਟਰੀਜ਼ ਦੀਆਂ ਪਾਰਲੀਮੈਂਟ ਜਿਨ੍ਹਾਂ ਨੂੰ ਤੁਸੀਂ ਯਾਦ ਇੱਥੋਂ ਕਰ ਸਕਦੇ ਹੋ। ਕੁਸ਼ਚਨ ਨੰਬਰ 18, ਦ ਵਰਡਸ ਸੈਕੂਲਰ ਐਂਡ ਸੋਸ਼ਲਿਸਟ ਵਰ ਐਡਿਡ ਟੂ ਦ ਪ੍ਰੀਐਂਬਲ ਆਫ ਕੰਸਟੀਟਿਊਸ਼ਨ ਆਫ ਇੰਡੀਆ ਬਾਈ ਵਿਚ ਅਮੈਂਡਮੈਂਟ?
ਕਿਹੜੀ ਸ਼ੋਧ ਦੇ ਨਾਲ ਸੈਕੂਲਰ ਤੇ ਸੋਸ਼ਲਿਸਟ ਵਰਡ ਜਿਹੜੇ ਸੀ ਉਹ ਪ੍ਰੀਅੰਬਲ ਦੇ ਵਿੱਚ ਐਡ ਕੀਤੇ ਗਏ ਸੀ? 44th ਅਮੈਂਡਮੈਂਟ, 42nd ਅਮੈਂਡਮੈਂਟ, 9th ਅਮੈਂਡਮੈਂਟ ਜਾਂ 32nd ਅਮੈਂਡਮੈਂਟ? ਤਾਂ ਇਸ ਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਬੀ, 42nd ਅਮੈਂਡਮੈਂਟ। 42nd ਅਮੈਂਡਮੈਂਟ 1976 ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਚੇਂਜ ਕੀਤਾ ਗਿਆ ਸੀ। ਪਹਿਲਾਂ ਹੁੰਦਾ ਸੀ ਸੋਵਰਨ ਡੈਮੋਕ੍ਰੇਟਿਕ ਰਿਪਬਲਿਕ, ਪਰ ਹੁਣ ਕੀ ਬਣ ਗਿਆ? ਸੋਵਰਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੇਟਿਕ ਰਿਪਬਲਿਕ। ਕੁਸ਼ਚਨ ਨੰਬਰ 19, ਅਕੋਰਡਿੰਗ ਟੂ ਇੰਡੀਅਨ ਕੋਨਸਟੀਟਿਊਸ਼ਨ ਵਟ ਇਜ਼ ਨੇਚਰ ਆਫ ਇੰਡੀਅਨ ਸਟੇਟ? ਭਾਰਤੀ ਸੰਵਿਧਾਨ ਅਨੁਸਾਰ ਭਾਰਤੀ ਰਾਜ ਦਾ ਸੁਭਾਅ ਕੀ ਹੈ? ਸੈਕੂਲਰ ਸਟੇਟ ਹੈ, ਹਿੰਦੂ ਸਟੇਟ ਹੈ, ਮੁਸਲਿਮ ਸਟੇਟ ਹੈ ਜਾਂ ਕ੍ਰਿਸ਼ਚੀਅਨ ਕਿੰਗਡਮ ਹੈ? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਏ, ਸੈਕੂਲਰ ਸਟੇਟ। ਇੰਡੀਅਨ ਕੋਨਸਟੀਟਿਊਸ਼ਨ ਦੇ ਅਕੋਰਡਿੰਗ ਨੇਚਰ ਕੀ ਹੈ ਇੰਡੀਅਨ ਸਟੇਟ ਦਾ? ਸੈਕੂਲਰ, ਯਾਨੀ ਕਿ ਧਰਮ ਤੋਂ ਨਿਰਪੱਖ। ਕੁਸ਼ਚਨ ਨੰਬਰ 20, ਰਾਈਟ ਟੂ ਪ੍ਰੋਪਰਟੀ ਵਾਜ਼ ਰਿਮੂਵਡ ਫਰੋਮ ਫੰਡਾਮੈਂਟਲ ਰਾਈਟਸ ਬਾਏ ਵਿਚ ਅਮੈਂਡਮੈਂਟ? ਯਾਨੀ ਕਿ ਜਿਹੜਾ ਰਾਈਟ ਟੂ ਪ੍ਰੋਪਰਟੀ ਸੀ ਉਹ ਫੰਡਾਮੈਂਟਲ ਰਾਈਟਸ ਤੋਂ ਰਿਮੂਵ ਕਰ ਦਿੱਤਾ ਗਿਆ ਸੀ ਕਿਹੜੀ ਸ਼ੋਧ ਦੇ ਵਿੱਚ? 42nd ਅਮੈਂਡਮੈਂਟ, 44th, 73rd ਜਾਂ 86th? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਬੀ, 44th ਅਮੈਂਡਮੈਂਟ। ਆਰਟੀਕਲ 31 ਦੇ ਵਿੱਚ ਪਹਿਲਾਂ ਇਹ ਆਉਂਦਾ ਸੀ ਰਾਈਟ ਟੂ ਪ੍ਰੋਪਰਟੀ, ਤੇ ਇਸਨੂੰ ਖਤਮ ਕਰ ਦਿੱਤਾ ਗਿਆ ਹੈ 44th ਅਮੈਂਡਮੈਂਟ 1978 ਦੇ ਦੌਰਾਨ। ਉਸ ਟਾਈਮ ਪੀਐਮ ਕੌਣ ਸੀ? ਮੋਰਾਰਜੀ ਦੇਸਾਈ। ਅਤੇ ਹੁਣ ਇਹ ਹੋ ਗਿਆ ਹੈ ਲੀਗਲ ਰਾਈਟ, ਤੇ ਇਹ ਕਿਹੜੇ ਆਰਟੀਕਲ ਦੇ ਵਿੱਚ ਹੈ? 300A ਦੇ ਵਿੱਚ। ਕੁਸ਼ਚਨ ਨੰਬਰ 21, ਦ ਕਨਸੈਪਟ ਆਫ ਯੂਨੀਅਨ ਟੈਰੀਟਰੀਜ ਵਾਜ ਇੰਟਰੋਡਿਊਸਡ ਇਨ ਵਿਚ ਈਅਰ? ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦਾ ਸੰਕਲਪ ਕਿਸ ਸਾਲ ਪੇਸ਼ ਕੀਤਾ ਗਿਆ ਸੀ? ਸਟੇਟ ਰੀਓਰਗਨਾਈਜੇਸ਼ਨ ਐਕਟ ਹੈ 1956, 1953, 1965 ਜਾਂ 1963? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਏ, ਸਟੇਟ ਰੀਓਰਗਨਾਈਜੇਸ਼ਨ ਐਕਟ 1956 ਦੇ ਵਿੱਚ। 7th ਅਮੈਂਡਮੈਂਟ ਦੇ ਦੌਰਾਨ ਜਿਹੜਾ ਯੂਨੀਅਨ ਟੈਰੀਟਰੀ ਸੀ ਉਹਨਾਂ ਨੂੰ ਇੰਟਰੋਡਿਊਸ ਕਰਵਾਇਆ ਗਿਆ ਸੀ ਇਨ ਸਟੇਟ ਰੀਓਰਗਨਾਈਜੇਸ਼ਨ ਐਕਟ 1956। ਯੂਨੀਅਨ ਟੈਰੀਟਰੀਜ਼ ਆਰ ਐਡਮਿਨਿਸਟਰਡ ਬਾਈ? ਤਾਂ ਇਸਦੇ ਆਪਸ਼ਨਸ ਹੈ ਦ ਐਡਮਿਨਿਸਟਰਸ ਅਪੁਆਇੰਟਿਡ ਬਾਈ ਦ ਗਵਰਨਮੈਂਟ ਆਫ ਇੰਡੀਆ, ਬੀ ਦ ਯੂਨੀਅਨ ਐਗਜੀਕਿਊਟਿਵ, ਸੀ ਪ੍ਰਾਈਮ ਮਿਨਿਸਟਰ, ਡੀ ਦ ਪ੍ਰੈਜ਼ੀਡੈਂਟ ਥਰੂ ਦ ਐਡਮਿਨਿਸਟਰਸ ਅਪੁਆਇੰਟਿਡ ਬਾਈ ਹਿਮ? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਡੀ, ਦ ਪ੍ਰੈਜ਼ੀਡੈਂਟ ਥਰੂ ਦ ਐਡਮਿਨਿਸਟਰਸ ਅਪੁਆਇੰਟਿਡ ਬਾਈ ਹਿਮ। ਜਿਹੜੀ ਐਡਮਿਨਿਸਟ੍ਰੇਸ਼ਨ ਹੈ ਯੂਨੀਅਨ ਟੈਰੀਟਰੀਜ਼ ਦੀ ਉਹ ਕਿਹਦੇ 'ਤੇ ਡਿਪੈਂਡ ਹੈ? ਪ੍ਰੈਜ਼ੀਡੈਂਟ ਦੇ, ਅਤੇ ਨਾਲ ਥਰੂ ਇਟਸ ਸਬੋਰਡੀਨੇਟ ਆਫਿਸਰਸ। ਅਤੇ ਜਿਹੜੇ ਸਬੋਰਡੀਨੇਟ ਆਫਿਸਰਸ ਹਨ ਉਹ ਕੌਣ ਹਨ? ਲਿਊਟੀਨੈਂਟ ਗਵਰਨਰ ਜਾਂ ਫਿਰ ਚੀਫ ਕਮਿਸ਼ਨਰ। ਕੁਸ਼ਚਨ ਨੰਬਰ 23, ਦ ਸਟੇਟ ਐਂਡ ਯੂਨੀਅਨ ਟੈਰੀਟਰੀਜ਼ ਆਫ ਇੰਡੀਆ ਆਰ ਸਪੈਸੀਫਾਈਡ ਇਨ ਵਿਚ ਸ਼ੈਡਿਊਲ? ਕਿਹੜੀ ਅਨੁਸੂਚੀ ਦੇ ਵਿੱਚ ਹਨ? ਫਸਟ ਸ਼ੈਡਿਊਲ, 7th ਸ਼ੈਡਿਊਲ, 3rd ਸ਼ੈਡਿਊਲ, 4th ਸ਼ੈਡਿਊਲ? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਏ, ਫਸਟ ਸ਼ੈਡਿਊਲ। ਇਹ ਆਪਣੇ ਕੋਲ ਲਿਸਟ ਹੈ ਸਾਰੇ ਜਿਹਦੇ ਵਿੱਚ ਸ਼ਡਿਊਲ ਮੈਂਸ਼ਨ ਹਨ। ਇਹਨਾਂ ਨੂੰ ਆਪਾਂ ਕਿਵੇਂ ਯਾਦ ਕਰਾਂਗੇ? ਟੀਅਰਸ ਆਫ ਓਲਡ ਪੀਐਮ, ਹਰੇਕ ਇੱਕ ਇੱਕ ਵਰਡ 'ਤੇ ਇੱਕ ਇੱਕ ਸ਼ਡਿਊਲ ਹੈ। ਫਸਟ ਸ਼ਡਿਊਲ ਲਿਸਟ ਆਫ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼, ਟੀ 'ਤੇ, ਫਿਰ ਈ 'ਤੇ ਸੈਲਰੀਜ਼ ਐਂਡ ਅਲੋਅੰਸਿਸ, ਏ 'ਤੇ ਓਥ ਐਂਡ ਅਫਰਮੇਸ਼ਨ, ਆਰ 'ਤੇ ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। 5th ਸ਼ਡਿਊਲ ਹੈ ਆਪਣੇ ਕੋਲ ਐਡਮਿਨਿਸਟ੍ਰੇਸ਼ਨ ਆਫ ਸ਼ਡਿਊਲ ਏਰੀਆਜ਼ ਐਂਡ ਸ਼ਡਿਊਲ ਟ੍ਰਾਈਬਸ। 6th ਹੈ ਆਪਣੇ ਕੋਲ ਐਡਮਿਨਿਸਟ੍ਰੇਸ਼ਨ ਆਫ ਟ੍ਰਾਈਬਲ ਏਰੀਆਜ਼। ਓਫ, ਐਫ 'ਤੇ ਆਏਗਾ ਡਿਸਟ੍ਰੀਬਿਊਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ।
ਓਲਡ ਪੀਐਮ, ਓ ਤੇ ਆਫੀਸ਼ੀਅਲ ਲੈਂਗੁਏਜਿਸ, ਐਲ ਤੇ ਲੈਂਡ ਰਿਫੋਰਮਸ, ਡੀ ਤੇ ਐਂਟੀ ਡਿਫੈਕਸ਼ਨ ਲਾਅ, ਪੀਐਮ, ਪੀ ਤੇ ਪੰਚਾਇਤੀ ਰਾਜ, ਐਮ ਤੇ ਮਿਊਨਿਸਪੈਲਿਟੀ। ਕੁਸ਼ਚਨ ਨੰਬਰ 24, ਦ ਨੇਮ ਆਫ ਦ ਯੂਨੀਅਨ ਗਿਵਨ ਇਨ ਦ ਕੋਨਸਟੀਟਿਊਸ਼ਨ ਇਜ਼, ਯਾਨੀ ਕਿ ਜਿਹੜਾ ਯੂਨੀਅਨ ਨਾਮ ਦਿੱਤਾ ਗਿਆ ਹੈ ਉਹ ਕੀ ਦਿੱਤਾ ਗਿਆ ਹੈ, ਹਿੰਦੁਸਤਾਨ ਔਰ ਭਾਰਤ ਵਰਸ਼, ਇੰਡੀਆ ਔਰ ਹਿੰਦੁਸਤਾਨ, ਇੰਡੀਆ ਐਸ ਭਾਰਤ, ਭਾਰਤ ਦੇਸ਼ ਔਰ ਇੰਡੀਆ। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਸੀ, ਇੰਡੀਆ ਐਸ ਭਾਰਤ। ਇਹ ਆਪਣਾ ਫਸਟ ਆਰਟੀਕਲ ਹੈ ਜਿਸ ਦੇ ਵਿੱਚ ਮੈਂਸ਼ਨ ਹੈ ਇੰਡੀਆ, ਦੈਟ ਇਜ਼ ਭਾਰਤ, ਇਜ਼ ਯੂਨੀਅਨ ਆਫ ਸਟੇਟਸ। ਕੁਸ਼ਚਨ ਨੰਬਰ 25, ਵਿਚ ਆਰਟੀਕਲ ਆਫ ਦ ਕੋਨਸਟੀਟਿਊਸ਼ਨ ਆਰ ਲਾਜ ਪਾਰਲੀਮੈਂਟ ਟੂ ਕ੍ਰੀਏਟ ਨਿਊ ਸਟੇਟ, ਯਾਨੀ ਕਿ ਜੇ ਨਵਾਂ ਸਟੇਟ ਬਣਾਉਣਾ ਹੈ ਤਾਂ ਉਸਦੇ ਰਿਗਾਰਡਿੰਗ ਕਿਹੜਾ ਆਰਟੀਕਲ ਹੈ, ਆਰਟੀਕਲ 2, ਆਰਟੀਕਲ 3, ਆਰਟੀਕਲ 1 ਜਾਂ ਆਰਟੀਕਲ 4। ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਬੀ, ਆਰਟੀਕਲ ਨੰਬਰ 3। ਆਰਟੀਕਲ ਨੰਬਰ 3 ਕੀ ਕਹਿੰਦਾ ਹੈ, ਫਾਰਮੇਸ਼ਨ ਆਫ ਨਿਊ ਸਟੇਟਸ, ਯਾਨੀ ਕਿ ਆਪਣੇ ਇੰਡੀਆ ਦੇ ਵਿੱਚ ਹੀ ਕਿਸੇ ਇੱਕ ਸਟੇਟ ਤੋਂ ਨਵੀਂ ਸਟੇਟ ਬਣਾਉਣਾ, ਤਾਂ ਇਹ ਆਪਣੇ ਕੋਲ ਆਰਟੀਕਲ ਨੰਬਰ 3। ਜਦਕਿ ਆਰਟੀਕਲ ਨੰਬਰ 2 ਕੀ ਕਹਿੰਦਾ ਹੈ, ਕਿਸੇ ਬਾਹਰਲੀ ਕੰਟਰੀ ਤੋਂ ਇੱਕ ਨਵੀਂ ਸਟੇਟ ਲੈ ਕੇ ਆਉਣੀ, ਤਾਂ ਉਹ ਹੈ ਆਰਟੀਕਲ ਨੰਬਰ 2। ਪਰ ਆਪਾਂ ਨੂੰ ਇੱਥੇ ਪੁੱਛਿਆ ਸੀ ਫਾਰਮੇਸ਼ਨ ਆਫ ਨਿਊ ਸਟੇਟ, ਯਾਨੀ ਕਿ ਇੰਟਰਨਲ ਪਾਰਟ ਆਫ ਇੰਡੀਆ, ਤਾਂ ਆਪਣੇ ਕੋਲ ਆਂਸਰ ਆਏਗਾ ਆਰਟੀਕਲ 3। ਕੁਸ਼ਚਨ ਨੰਬਰ 26, ਫੰਡਾਮੈਂਟਲ ਰਾਈਟਸ ਆਫ ਇੰਡੀਅਨ ਸਿਟੀਜ਼ਨ ਆਰ ਆਫ ਇੰਡੀਅਨ ਕੋਨਸਟੀਟਿਊਸ਼ਨ ਕੰਟੇਨਡ ਇਨ ਵਿਚ ਪਾਰਟ, ਭਾਰਤੀ ਨਾਗਰਿਕਾਂ ਦੇ ਮੌਲਿਕ ਅਧਿਕਾਰ ਭਾਰਤੀ ਸੰਵਿਧਾਨ ਦੇ ਕਿਸ ਭਾਗ ਦੇ ਵਿੱਚ ਦਰਜ ਹਨ, ਪਾਰਟ 1, 2, 3 ਜਾਂ 4। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਸੀ, ਪਾਰਟ 3। ਪਾਰਟ 1, ਯੂਨੀਅਨ ਐਂਡ ਇਟਸ ਟੈਰੀਟਰੀਜ਼, ਆਰਟੀਕਲ ਕਿੰਨੇ ਹਨ, 1 ਤੋਂ 4। ਪਾਰਟ 2, ਸਿਟੀਜ਼ਨਸ਼ਿਪ, 5 ਤੋਂ 11 ਆਰਟੀਕਲ। ਪਾਰਟ 3 ਜਿਹੜਾ ਕਿ ਆਪਣਾ ਕੁਸ਼ਚਨ ਸੀ, ਫੰਡਾਮੈਂਟਲ ਰਾਈਟਸ, ਆਰਟੀਕਲ 12 ਤੋਂ ਲੈ ਕੇ 35 ਤੱਕ। ਕੁਸ਼ਚਨ ਨੰਬਰ 27, ਵਿਚ ਆਰਟੀਕਲ ਆਫ ਦ ਇੰਡੀਅਨ ਕੋਨਸਟੀਟਿਊਸ਼ਨ ਪ੍ਰੋਹਿਬਿਟਸ ਦ ਇੰਪਲੋਇਮੈਂਟ ਆਫ ਚਿਲਡਰਨ ਬਿਲੋ ਦ ਏਜ ਆਫ 14 ਈਅਰਸ ਇਨ ਹਜ਼ਾਰਡੀਅਸ ਵਰਕਸ, ਯਾਨੀ ਕਿ ਹਜ਼ਾਰਡੀਅਸ ਪਲੇਸਿਸ ਤੇ ਖਤਰਨਾਕ ਥਾਵਾਂ ਤੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਲਈ ਕੰਮ ਕਰਵਾਉਣਾ ਮਨਾ ਹੈ। ਤਾਂ ਇਹ ਕਿਹੜੇ ਆਰਟੀਕਲ ਦੇ ਵਿੱਚ ਹੈ, ਆਰਟੀਕਲ 21, ਆਰਟੀਕਲ 24, ਆਰਟੀਕਲ 14 ਜਾਂ ਆਰਟੀਕਲ 21A। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਬੀ, ਆਰਟੀਕਲ 24। ਆਰਟੀਕਲ 24 ਕੀ ਕਹਿੰਦਾ ਹੈ, ਪ੍ਰੋਹਿਬਿਸ਼ਨ ਆਫ ਇੰਪਲੋਇਮੈਂਟ ਆਫ ਚਿਲਡਰਨ ਐਟ ਹਜ਼ਾਰਡੀਅਸ ਪਲੇਸਿਸ ਲਾਈਕ ਫੈਕਟਰੀਜ਼ ਬਿਲੋ 14 ਈਅਰਸ। ਕੁਸ਼ਚਨ ਨੰਬਰ 28, ਅਕੋਰਡਿੰਗ ਟੂ ਆਰਟੀਕਲ 19 ਆਫ ਇੰਡੀਅਨ ਕੋਨਸਟੀਟਿਊਸ਼ਨ, ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਇਜ਼ ਰੈਸਟ੍ਰਿਕਟਿਡ ਔਨ ਦ ਗਰਾਊਂਡਸ ਆਫ, ਭਾਰਤੀ ਸੰਵਿਧਾਨ ਦੇ ਅਨੁਛੇਦ 19 ਅਨੁਸਾਰ ਬੋਲਣ ਅਤੇ ਪ੍ਰਗਟਾਵੇ ਦੀ ਆਜ਼ਾਦੀ ਦੇ ਆਧਾਰ ਤੇ ਪਾਬੰਦੀ ਹੈ, ਬਿਜ਼ਨਸ ਇੰਟਰਸਟ ਆਫ ਦ ਨੇਸ਼ਨ, ਸਿਕਿਉਰਿਟੀ ਆਫ ਦ ਸਟੇਟ, ਨੋਨ ਪੇਮੈਂਟ ਆਫ ਟੈਕਸਿਸ, ਬ੍ਰੀਚ ਆਫ ਕੰਟਰੈਕਟ। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਬੀ, ਸਿਕਿਉਰਿਟੀ ਆਫ ਦ ਸਟੇਟ। ਤਾਂ ਆਰਟੀਕਲ 19 ਦੇ ਤਹਿਤ ਜਦੋਂ ਸਿਕਿਉਰਿਟੀ ਚਾਹੀਦੀ ਹੁੰਦੀ ਹੈ ਸਟੇਟ ਨੂੰ, ਤਾਂ ਆਰਟੀਕਲ ਜਿਹੜਾ 19 ਹੈ ਜਿਸ ਦੇ ਵਿੱਚ ਫਰੀਡਮ ਆਫ ਸਪੀਚ ਐਂਡ ਐਕਸਪ੍ਰੈਸ਼ਨ ਹੈ, ਇਸ ਤੇ ਰੋਕ ਲਗਾ ਦਿੱਤੀ ਜਾਂਦੀ ਹੈ। ਕੁਸ਼ਚਨ ਨੰਬਰ 29, ਵਿਚ ਆਫ ਦ ਫੋਲੋਇੰਗ ਰਾਈਟਸ ਵਾਜ ਡਿਕਲੇਅਰਡ ਐਸ ਦ ਹਰਟ ਐਂਡ ਸੋਲ ਆਫ ਦ ਕੋਨਸਟੀਟਿਊਸ਼ਨ, ਹੇਠ ਲਿਖੇ ਅਧਿਕਾਰਾਂ ਵਿੱਚੋਂ ਕਿਸ ਨੂੰ ਸੰਵਿਧਾਨ ਦਾ ਦਿਲ ਅਤੇ ਆਤਮਾ ਕਿਹਾ ਗਿਆ ਹੈ। ਮੋਸਟ ਇੰਪੋਰਟੈਂਟ ਕੁਸ਼ਚਨ ਹੈ, ਬਹੁਤ ਵਾਰ ਪੇਪਰ ਦੇ ਵਿੱਚ ਪੁੱਛਿਆ ਗਿਆ ਹੈ ਇਹ ਕੁਸ਼ਚਨ। ਰਾਈਟ ਟੂ ਇਕੁਐਲਿਟੀ, ਰਾਈਟ ਟੂ ਕੋਨਸਟੀਟਿਊਸ਼ਨਲ ਰੈਮੇਡੀਜ਼, ਰਾਈਟ ਟੂ ਪ੍ਰੋਪਰਟੀ, ਰਾਈਟ ਟੂ ਫਰੀਡਮ ਆਫ ਰਿਲੀਜਨ। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਬੀ, ਰਾਈਟ ਟੂ ਕੋਨਸਟੀਟਿਊਸ਼ਨਲ ਰੈਮੇਡੀਜ਼।
ਆਰਟੀਕਲ 32 ਹੈ ਰਾਈਟ ਟੂ ਕੋਨਸਟੀਟਿਊਸ਼ਨਲ ਰੈਮੇਡੀਜ਼, ਜਿਸ ਨੂੰ ਕੀ ਕਿਹਾ ਗਿਆ ਹੈ ਹਰਟ ਐਂਡ ਸੋਲ ਆਫ ਇੰਡੀਅਨ ਕੋਨਸਟੀਟਿਊਸ਼ਨ, ਕਿਹਦੇ ਦੁਆਰਾ ਕਿਹਾ ਗਿਆ ਹੈ? B.R. ਅੰਬੇਦਕਰ ਦੁਆਰਾ। ਅਤੇ ਇਸ ਨੂੰ ਹੋਰ ਵੀ ਕੀ ਕਿਹਾ ਜਾਂਦਾ ਹੈ? ਪ੍ਰੋਟੈਕਟਰ ਆਫ ਫੰਡਾਮੈਂਟਲ ਰਾਈਟਸ ਵੀ ਕਿਹਾ ਜਾਂਦਾ ਹੈ। ਕੁਸ਼ਚਨ ਨੰਬਰ 30, ਫੋਰ ਦਾ ਐਨਫੋਰਸਮੈਂਟ ਆਫ ਫੰਡਾਮੈਂਟਲ ਰਾਈਟਸ ਦਾ ਸੁਪਰੀਮ ਕੋਰਟ ਮੇ ਇਸ਼ੂ, ਮੌਲਿਕ ਅਧਿਕਾਰਾਂ ਨੂੰ ਲਾਗੂ ਕਰਨ ਲਈ ਸੁਪਰੀਮ ਕੋਰਟ ਕੀ ਜਾਰੀ ਕਰਦੀ ਹੈ? ਨੋਟੀਫਿਕੇਸ਼ਨ, ਰਿਟ, ਡਿਕਰੀ ਜਾਂ ਆਰਡੀਨੈਂਸ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ B, ਰਿਟ ਜਾਰੀ ਕਰਦੀ ਹੈ। ਫਸਟ ਰਿਟ ਹੈ ਆਪਣੇ ਕੋਲ ਹੈਬੀਅਸ ਕਾਰਪਸ, ਜਿਸ ਦਾ ਮਤਲਬ ਕੀ ਹੈ? ਟੂ ਹੈਵ ਅ ਬੋਡੀ। ਔਰ ਇਹ ਸਭ ਤੋਂ ਜ਼ਿਆਦਾ ਪਾਵਰਫੁਲ ਅਤੇ ਸਭ ਤੋਂ ਜ਼ਿਆਦਾ ਯੂਜ਼ ਕਰਨ ਵਾਲੀ ਰਿਟ ਹੈ। ਔਰ ਇਸਦਾ ਮਤਲਬ ਕੀ ਹੈ? ਜੇਕਰ ਕੋਈ ਪਰਸਨ ਜਿਹਨੂੰ ਸਟੇਟ ਇਲੀਗਲੀ ਡਿਟੇਨ ਕਰ ਲੈਂਦੀ ਹੈ ਜਾਂ ਫਿਰ ਜਿਸ ਨੂੰ ਆਪਾਂ ਕਹਿੰਦੇ ਹਾਂ ਨਜ਼ਰਬੰਦ ਕਰ ਲੈਂਦੀ ਹੈ, ਤਾਂ ਉਹ ਖੁਦ ਜਾਂ ਉਸਦੇ ਫਰੈਂਡਸ ਜਾਂ ਉਸਦੇ ਰਿਲੇਟਿਵਸ ਇਸ ਰਿਟ ਨੂੰ ਯੂਜ਼ ਕਰ ਸਕਦੇ ਹਨ। ਸੈਕਿੰਡ ਰਿਟ ਹੈ ਮੈਂਡੇਮਸ, ਜਿਸਦਾ ਮਤਲਬ ਕੀ ਹੈ? ਵੀਕ ਕਮਾਂਡ। ਇਹ ਰਿਟ ਕਿਤੇ ਵੀ ਯੂਜ਼ ਕੀਤੀ ਜਾ ਸਕਦੀ ਹੈ, ਸਟੈਚੂਟਰੀ, ਨੋਨ ਸਟੈਚੂਟਰੀ, ਯੂਨੀਵਰਸਿਟੀ ਜਾਂ ਟ੍ਰਿਬਿਊਨਲ, ਕਿਤੇ ਵੀ ਯੂਜ਼ ਕਰ ਸਕਦੇ ਹਾਂ। ਅਤੇ ਆਪਾਂ ਉਹਨਾਂ ਨੂੰ ਪਬਲਿਕ ਡਿਊਟੀ ਪਰਫੋਰਮ ਕਰਨ ਦੇ ਲਈ ਕਹਿ ਸਕਦੇ ਹਾਂ ਇਸ ਰਿਟ ਦੇ ਤਹਿਤ। ਔਰ ਰਿਟ ਆਪਣੇ ਕੋਲ ਸ਼ਰਸ਼ੀਅਰਾਰੀ, ਜਿਸਦਾ ਮਤਲਬ ਕੀ ਹੈ? ਟੂ ਬੀ ਸਰਟੀਫਾਈਡ। ਔਰ ਇਸ ਦੇ ਥਰੂ ਸੁਪਰੀਮ ਕੋਰਟ ਅਤੇ ਹਾਈ ਕੋਰਟ ਲੋਅਰ ਕੋਰਟ ਨੂੰ ਕਮਾਂਡ ਕਰ ਸਕਦੇ ਹੈ ਕਿ ਉਹ ਆਪਣੇ ਰਿਕਾਰਡ ਸੁਪਰੀਮ ਕੋਰਟ ਅਤੇ ਹਾਈ ਕੋਰਟ ਦੇ ਵਿੱਚ ਸਬਮਿਟ ਕਰਨ, ਰਿਵਿਊ ਕਰਨ ਦੇ ਲਈ। ਫੋਰਥ ਹੈ ਆਪਣੇ ਕੋਲ ਪ੍ਰੋਹਿਬਿਸ਼ਨ। ਦੇਖੋ, ਆਪਾਂ ਸ਼ਰਸ਼ੀਅਰਾਰੀ ਪੜ੍ਹਿਆ, ਜਦੋਂ ਕੋਈ ਵੀ ਜਜਮੈਂਟ ਅਨਾਊਂਸ ਹੋ ਜਾਂਦੀ ਹੈ ਤੇ ਉਹ ਇਲੀਗਲ ਹੁੰਦੀ ਹੈ, ਤਾਂ ਉਸਨੂੰ ਕਿਓਰ ਕਰਨ ਦੇ ਲਈ ਆਪਾਂ ਸ਼ਰਸ਼ੀਅਰਾਰੀ ਯੂਜ਼ ਕਰਦੇ ਹਾਂ। ਪਰ ਜੇ ਉਹ ਗਲਤੀ ਹੋਣ ਤੋਂ ਪਹਿਲਾਂ ਹੀ ਆਪਾਂ ਉਸਨੂੰ ਰੋਕ ਦੇਣਾ ਚਾਹੀਏ, ਤਾਂ ਉਸਦੇ ਲਈ ਆਪਾਂ ਰਿਟ ਯੂਜ਼ ਕਰਦੇ ਹਾਂ ਪ੍ਰੋਹਿਬਿਸ਼ਨ ਰਿਟ। ਜਦੋਂ ਤੱਕ ਇਹ ਉਦੋਂ ਯੂਜ਼ ਕਰ ਸਕਦੇ ਹਾਂ ਜਦੋਂ ਤੱਕ ਲੋਅਰ ਕੋਰਟ ਜਜਮੈਂਟ ਅਨਾਊਂਸ ਨਹੀਂ ਕਰਦਾ। ਫਿਫਥ ਰਿਟ, ਕੋ ਵਰੰਟੋ। ਔਰ ਇਸ ਰਿਟ ਦੇ ਵਿੱਚ ਕੀ ਹੈ? ਇਸ ਦੇ ਵਿੱਚ ਕੋਰਟ ਪਬਲਿਕ ਆਫੀਸਰਸ ਨੂੰ ਇਹ ਪੁੱਛ ਸਕਦੇ ਹੈ ਕਿ ਤੁਸੀਂ ਪਬਲਿਕ ਆਫਿਸ ਨੂੰ ਕਿਸ ਅਥੋਰਿਟੀ ਤੇ ਅਜ਼ੂਮ ਕੀਤਾ ਹੈ। ਇਸ ਤਰੀਕੇ ਨਾਲ ਆਪਣੀਆਂ 5 ਰਿਟਸ ਆਪਾਂ ਐਕਸਪਲੇਨ ਕੀਤੀਆਂ ਹਨ। ਕੁਸ਼ਚਨ ਨੰਬਰ 31, ਅ ਰਿਟ ਆਫ ਹੈਬੀਅਸ ਕਾਰਪਸ ਕੈਨ ਬੀ ਇਸ਼ੂਡ ਬਾਈ ਹਾਈ ਕੋਰਟ ਟੂ ਪ੍ਰੋਟੈਕਟ ਦ ਡੈਸ਼ ਦੀ ਰੱਖਿਆ ਲਈ ਹਾਈ ਕੋਰਟ ਦੁਆਰਾ ਹੈਬੀਅਸ ਕਾਰਪਸ ਦੀ ਰਿਟ ਨੂੰ ਜਾਰੀ ਕੀਤਾ ਜਾ ਸਕਦਾ ਹੈ, ਤਾਂ ਕੀ ਹੈ ਉਹ? ਡਿਗਨਿਟੀ ਯਾਨੀ ਕਿ ਮਾਨ, ਮੋਰੈਲਿਟੀ ਨੈਤਿਕਤਾ, ਓਪਰਚੁਨਿਟੀ ਮੌਕਾ ਜਾਂ ਫਿਰ ਲਿਬਰਟੀ ਆਜ਼ਾਦੀ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ D, ਲਿਬਰਟੀ ਯਾਨੀ ਕਿ ਆਜ਼ਾਦੀ। ਹੈਬੀਅਸ ਕਾਰਪਸ ਆਪਾਂ ਪਿੱਛੇ ਵੀ ਪੜ੍ਹਿਆ ਹੈ, ਇਹ ਰਿਟ ਕਦੋਂ ਯੂਜ਼ ਕਰਦੇ ਹੈ? ਜਦੋਂ ਨਜ਼ਰਬੰਦ ਕੀਤਾ ਜਾਂਦਾ ਹੈ ਇਲੀਗਲ ਤੌਰ 'ਤੇ, ਤਾਂ ਉਸ ਟਾਈਮ ਉਹ ਖੁਦ ਉਸਦੇ ਫਰੈਂਡਸ ਜਾਂ ਉਸਦੇ ਰਿਲੇਟਿਵਸ ਇਸ ਰਿਟ ਨੂੰ ਯੂਜ਼ ਕਰ ਸਕਦੇ ਹਨ। ਕੁਸ਼ਚਨ ਨੰਬਰ 32, ਅਕੋਰਡਿੰਗ ਟੂ ਇੰਡੀਅਨ ਕੋਨਸਟੀਟਿਊਸ਼ਨ ਟੂ ਸੇਫਗਾਰਡ ਪ੍ਰੋਪਰਟੀ ਐਂਡ ਐਡਜੋਰ ਵਾਇਲੈਂਸ ਇਜ਼, ਭਾਰਤੀ ਸੰਵਿਧਾਨ ਅਨੁਸਾਰ ਜਾਇਦਾਦ ਦੀ ਰਾਖੀ ਕਰਨਾ ਅਤੇ ਹਿੰਸਾ ਨੂੰ ਰੋਕ ਦੇਣਾ ਕੀ ਹੈ? ਮੋਰਲ ਡਿਊਟੀ ਹੈ, ਐਥੀਕਲ ਡਿਊਟੀ ਹੈ, ਫੰਡਾਮੈਂਟਲ ਡਿਊਟੀ ਹੈ ਜਾਂ ਫੰਡਾਮੈਂਟਲ ਰਾਈਟ ਹੈ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ C, ਫੰਡਾਮੈਂਟਲ ਡਿਊਟੀ ਹੈ। ਅਕੋਰਡਿੰਗ ਟੂ ਕੋਨਸਟੀਟਿਊਸ਼ਨ ਆਫ ਇੰਡੀਆ ਟੂ ਸੇਫਗਾਰਡ ਪਬਲਿਕ ਪ੍ਰੋਪਰਟੀ ਐਂਡ ਐਡਜੋਰ ਵਾਇਲੈਂਸ ਇਜ਼ ਦਾ ਫੰਡਾਮੈਂਟਲ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ, ਭਾਰਤ ਦੇ ਹਰੇਕ ਨਾਗਰਿਕ ਦੀ ਇਹ ਕੀ ਹੈ? ਫੰਡਾਮੈਂਟਲ ਡਿਊਟੀ ਹੈ। ਕੁਸ਼ਚਨ ਨੰਬਰ 33, ਫੰਡਾਮੈਂਟਲ ਡਿਊਟੀਜ਼ ਆਰ ਆਲਸੋ ਕਾਲਡ, ਬੁਨਿਆਦੀ ਕਰਤਵਾਂ ਨੂੰ ਹੋਰ ਕੀ ਕਿਹਾ ਜਾਂਦਾ ਹੈ? ਮੋਰਲ ਰਿਸਪੋਂਸੀਬਿਲਿਟੀ, ਹੈਂਡਬੁੱਕ ਆਫ ਗਵਰਨਮੈਂਟ, ਗਾਈਡ ਆਫ ਪਾਰਲੀਮੈਂਟ ਜਾਂ ਫਿਰ ਇੰਸਟਰਕਸ਼ਨ ਫੋਰ ਐਡਮਿਨਿਸਟ੍ਰੇਸ਼ਨ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ A,
ਮੋਰਲ ਰਿਸਪੋਂਸੀਬਿਲਿਟੀ ਯਾਨੀ ਕਿ ਨੈਤਿਕ ਜ਼ਿੰਮੇਵਾਰੀ। ਹੁਣ ਆਪਾਂ ਗੱਲ ਕਰਦੇ ਹਾਂ ਫੰਡਾਮੈਂਟਲ ਡਿਊਟੀਜ਼ ਬਾਰੇ। ਪਾਰਟ 4A ਦੇ ਵਿੱਚ ਆਉਂਦੀਆਂ ਹਨ ਫੰਡਾਮੈਂਟਲ ਡਿਊਟੀਜ਼। ਅਮੈਂਡਮੈਂਟ ਕਿਹੜੀ ਸੀ? 42nd ਅਮੈਂਡਮੈਂਟ 1976 ਦੇ ਵਿੱਚ, ਮਿੰਨੀ ਕੌਨਸਟੀਟਿਊਸ਼ਨ ਆਫ ਇੰਡੀਆ ਕਿਹਾ ਜਾਂਦਾ ਹੈ। ਕਿਹੜੀ ਕਮੇਟੀ ਸੀ? ਸਵਰਨ ਸਿੰਘ ਕਮੇਟੀ। ਅਤੇ PM ਕੌਣ ਸੀ ਉਸ ਟਾਈਮ? ਇੰਦਿਰਾ ਗਾਂਧੀ। ਕੁਸ਼ਚਨ ਨੰਬਰ 34, ਫੰਡਾਮੈਂਟਲ ਡਿਊਟੀਜ਼ ਵਰ ਇਨਕੋਰਪੋਰੇਟਿਡ ਇਨ ਦਾ ਕੌਨਸਟੀਟਿਊਸ਼ਨ ਆਫ ਇੰਡੀਆ ਬਾਏ ਵਿਚ ਅਮੈਂਡਮੈਂਟ? ਫੰਡਾਮੈਂਟਲ ਡਿਊਟੀਜ਼ ਕਿਹੜੀ ਅਮੈਂਡਮੈਂਟ ਦੇ ਵਿੱਚ ਆਈਆਂ ਸੀ? 42nd ਅਮੈਂਡਮੈਂਟ, 15th ਅਮੈਂਡਮੈਂਟ, 9th ਅਮੈਂਡਮੈਂਟ ਜਾਂ 46th ਅਮੈਂਡਮੈਂਟ? ਤੇ ਇਸਦਾ ਕਰੈਕਟ ਆਂਸਰ ਹੈ ਆਪਸ਼ਨ A, 42nd ਅਮੈਂਡਮੈਂਟ। ਆਪਾਂ ਪਿੱਛੇ ਵੀ ਪੜ੍ਹਿਆ ਹੈ 42nd ਅਮੈਂਡਮੈਂਟ ਹੋਈ ਸੀ 1976 ਦੇ ਵਿੱਚ, ਜਿਸ ਦੇ ਵਿੱਚ ਆਪਾਂ ਐਡ ਕੀਤਾ ਸੀ ਫੰਡਾਮੈਂਟਲ ਡਿਊਟੀਜ਼ ਨੂੰ। ਅਤੇ ਕਿੰਨੀਆਂ ਫੰਡਾਮੈਂਟਲ ਡਿਊਟੀਜ਼ ਹਨ? 11। ਕੁਸ਼ਚਨ ਨੰਬਰ 35, ਵਿਚ ਫੰਡਾਮੈਂਟਲ ਡਿਊਟੀ ਅੰਡਰ ਆਰਟੀਕਲ 51A ਸਟੇਟਸ ਦੈਟ ਇਟ ਵਿਲ ਬੀ ਦ ਡਿਊਟੀ ਆਫ ਐਵਰੀ ਸਿਟੀਜ਼ਨ ਆਫ ਇੰਡੀਆ ਟੂ ਓਬੇ ਕੌਨਸਟੀਟਿਊਸ਼ਨ ਐਂਡ ਟੂ ਰਿਸਪੈਕਟ ਇਟਸ ਆਈਡੀਅਲਸ ਐਂਡ ਇੰਸਟੀਟਿਊਸ਼ਨਸ, ਦ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ? ਤਾਂ ਇਹ ਜਿਹੜੀ ਸਟੇਟਮੈਂਟ ਹੈ ਇਹ ਆਰਟੀਕਲ 51A ਦੇ ਵਿੱਚ ਆਈ ਹੈ। ਅਤੇ ਕਿਹੜੀ ਫੰਡਾਮੈਂਟਲ ਡਿਊਟੀ ਹੈ? ਇਹ 4th ਹੈ, 3rd ਹੈ, 2nd ਹੈ ਜਾਂ 1st ਹੈ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ D, 1st ਹੈ। ਫੰਡਾਮੈਂਟਲ ਡਿਊਟੀਜ਼ ਕਿੰਨੀਆਂ ਹਨ? 11 ਹਨ। ਫਸਟ ਹੈ ਜਿਹੜਾ ਕੁਸ਼ਚਨ ਸੀ, ਅਬਾਈਡ ਬਾਈ ਇੰਡੀਅਨ ਕੌਨਸਟੀਟਿਊਸ਼ਨ ਐਂਡ ਰਿਸਪੈਕਟ ਇਟਸ ਆਈਡੀਅਲਸ ਐਂਡ ਇੰਸਟੀਟਿਊਸ਼ਨਸ, ਦ ਨੈਸ਼ਨਲ ਫਲੈਗ ਐਂਡ ਨੈਸ਼ਨਲ ਐਂਥਮ। ਸੈਕਿੰਡ ਹੈ ਆਪਣੇ ਕੋਲ ਚੈਰਿਸ਼ ਐਂਡ ਫੋਲੋ ਦ ਨੋਬਲ ਆਈਡੀਆਸ ਦੈਟ ਇੰਸਪਾਇਰਡ ਦ ਨੈਸ਼ਨਲ ਸਟਰਗਲ ਫੋਰ ਫਰੀਡਮ। ਥਰਡ ਹੈ ਆਪਣੇ ਕੋਲ ਅਪਹੋਲਡ ਐਂਡ ਪ੍ਰੋਟੈਕਟ ਦ ਸੋਵਰਨਟੀ, ਯੂਨਿਟੀ ਐਂਡ ਇੰਟੀਗ੍ਰਿਟੀ ਆਫ ਇੰਡੀਆ। ਅਤੇ ਫੋਰਥ ਹੈ ਆਪਣੇ ਕੋਲ ਡਿਫੈਂਡ ਦ ਕੰਟਰੀ ਐਂਡ ਰੈਂਡਰ ਨੈਸ਼ਨਲ ਸਰਵਿਸ ਵੈਨ ਕੋਲਡ ਅਪੋਨ ਟੂ ਡੂ ਸੋ। ਕੁਸ਼ਚਨ ਨੰਬਰ 36, ਆਰਟੀਕਲ 51A ਆਫ ਇੰਡੀਅਨ ਕੌਨਸਟੀਟਿਊਸ਼ਨ ਇਜ਼ ਰਿਲੇਟਿਡ ਟੂ ਦ ਫੰਡਾਮੈਂਟਲ ਡਿਊਟੀਜ਼ ਆਫ ਪੀਪਲ ਇੰਗੇਜਡ ਇਨ ਪਬਲਿਕ ਸੈਕਟਰ, ਬੀ ਆਪਸ਼ਨ ਪ੍ਰਾਈਵੇਟ ਸੈਕਟਰ, ਸੀ ਆਪਸ਼ਨ ਬੋਥ ਸੈਕਟਰਸ ਜਾਂ ਡੀ ਆਪਸ਼ਨ ਸਿਟੀਜ਼ਨ ਆਫ ਇੰਡੀਆ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ D, ਸਿਟੀਜ਼ਨ ਆਫ ਇੰਡੀਆ। ਆਰਟੀਕਲ 51A ਆਫ ਇੰਡੀਅਨ ਕੌਨਸਟੀਟਿਊਸ਼ਨ ਕਾਹਦੇ ਨਾਲ ਰਿਲੇਟਿਡ ਹੈ? ਫੰਡਾਮੈਂਟਲ ਡਿਊਟੀਜ਼ ਆਫ ਸਿਟੀਜ਼ਨਸ ਆਫ ਇੰਡੀਆ। ਕੁਸ਼ਚਨ ਨੰਬਰ 37, ਵਾਟ ਕੌਨਸਟੀਟਿਊਸ਼ਨਲ ਸਟੇਟਸ ਵਿਦ ਦ 73rd ਅਮੈਂਡਮੈਂਟ ਐਕਟ 1992? ਯਾਨੀ ਕਿ 73rd ਅਮੈਂਡਮੈਂਟ 1992 ਦੇ ਵਿੱਚ ਕਿਹਨੂੰ ਕੌਨਸਟੀਟਿਊਸ਼ਨਲ ਸਟੇਟਸ ਮਿਲਿਆ ਸੀ? ਏ ਆਪਸ਼ਨ ਸੈਂਟਰਲ ਵਿਜੀਲੈਂਸ ਕਮਿਸ਼ਨ, ਬੀ ਸੈਂਟਰਲ ਇਨਫੋਰਮੇਸ਼ਨ ਕਮਿਸ਼ਨ, ਸੀ ਪੰਚਾਇਤੀ ਰਾਜ, ਡੀ ਫਾਈਨੈਂਸ ਕਮਿਸ਼ਨ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ C, ਪੰਚਾਇਤੀ ਰਾਜ। 73rd ਅਮੈਂਡਮੈਂਟ 1992 ਦੇ ਵਿੱਚ ਐਡ ਹੋਇਆ ਸੀ 9th ਪਾਰਟ, ਜਿਸ ਦੇ ਵਿੱਚ ਕੀ ਸੀ? ਦ ਪੰਚਾਇਤ। ਇੱਥੇ ਕਿੰਨੇ ਆਰਟੀਕਲ ਹਨ? 243 ਤੋਂ ਲੈ ਕੇ 243O ਤੱਕ। ਕੁਸ਼ਚਨ ਨੰਬਰ 38, ਦ ਕੌਨਸਟੀਟਿਊਸ਼ਨ 73rd ਅਮੈਂਡਮੈਂਟ 1992 ਹੈਡ ਐਡਿਡ ਅ ਨਿਊ ਪਾਰਟ 9 ਕੰਸਿਸਟ ਆਫ 16 ਆਰਟੀਕਲਸ ਐਂਡ ਦ ਸ਼ਡਿਊਲ ਟੂ ਦ ਕੌਨਸਟੀਟਿਊਸ਼ਨ। ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪੰਚਾਇਤੀ ਰਾਜ 73rd ਅਮੈਂਡਮੈਂਟ 1992 ਐਕਟ ਦੇ ਵਿੱਚ ਆਇਆ, ਨੌਵਾਂ ਪਾਰਟ ਹੈ। ਅਤੇ ਸ਼ਡਿਊਲ ਪੁੱਛ ਰਹੇ ਹੈ ਉਹ ਕਿੰਨਵਾਂ ਹੈ? 5th ਹੈ, 6th ਹੈ, 8th ਹੈ ਜਾਂ 11th ਹੈ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ D, 11th। 73rd ਅਮੈਂਡਮੈਂਟ 1992 ਦੇ ਵਿੱਚ 9th ਪਾਰਟ ਨਵਾਂ ਆਇਆ ਸੀ ਦ ਪੰਚਾਇਤ। ਕਿੰਨੇ ਆਰਟੀਕਲ ਸੀ? 243 ਤੋਂ ਲੈ ਕੇ 243O ਤੱਕ।
ਅਤੇ ਨਾਲ ਆਇਆ ਸੀ 11th ਸ਼ਡਿਊਲ, ਤਾਂ ਉਸਦੇ ਵਿੱਚ 29 ਸਬਜੈਕਟ ਸੀ ਅਤੇ ਕਿਹੜਾ ਸੀ ਦ ਪੰਚਾਇਤ। ਆਪਾਂ ਯਾਦ ਵੀ ਕੀਤਾ ਸੀ ਟੀਅਰਸ ਆਫ ਓਲਡ ਪੀਐਮ, ਤਾਂ 11th ਕੀ ਸੀ ਪੀ, 12th ਸੀ ਐਮ, ਤਾਂ ਪੀ ਤੇ ਪੰਚਾਇਤ ਅਤੇ ਐਮ ਤੇ ਮਿਊਨਸੀਪੈਲਿਟੀ। ਕੁਸ਼ਚਨ ਨੰਬਰ 39, ਦ ਕੋਨਸਟੀਟਿਊਸ਼ਨ 86th ਅਮੈਂਡਮੈਂਟ ਐਕਟ 2002 ਦੇ ਵਿੱਚ ਇਨਕਲੂਡਿਡ ਰਾਈਟ ਟੂ ਐਜੂਕੇਸ਼ਨ ਇਨ ਦ ਲਿਸਟ ਆਫ ਫੰਡਾਮੈਂਟਲ ਰਾਈਟਸ ਐਜ ਪਾਰਟ ਆਫ ਰਾਈਟ ਟੂ ਫਰੀਡਮ ਬਾਈ ਐਡਿੰਗ। 86th ਅਮੈਂਡਮੈਂਟ ਐਕਟ ਆਇਆ ਸੀ 2002 ਦੇ ਵਿੱਚ, ਕਿਹੜੇ ਆਰਟੀਕਲ ਦੇ ਵਿੱਚ ਆਇਆ ਸੀ? ਆਰਟੀਕਲ 16(4)A, ਆਰਟੀਕਲ 21, ਆਰਟੀਕਲ 21A, ਆਰਟੀਕਲ 31A। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਸੀ, ਆਰਟੀਕਲ 21A। 86th ਅਮੈਂਡਮੈਂਟ 2002 ਦੇ ਵਿੱਚ ਆਰਟੀਕਲ 21A ਆਇਆ ਸੀ, ਜਿਸ ਦੇ ਵਿੱਚ ਕਿਹਾ ਗਿਆ ਸੀ ਫਰੀ ਐਂਡ ਕੰਪਲਸਰੀ ਐਜੂਕੇਸ਼ਨ ਚਿਲਡਰਨਸ ਦੇ ਲਈ, ਏਜ ਕਿੰਨੀ 6 ਟੂ ਲੈ ਕੇ 14 ਤੱਕ, ਇੰਪੋਰਟੈਂਟ ਹੈ 6 ਤੋਂ 14 ਸਾਲ ਦੀ ਏਜ ਤੱਕ। ਕੁਸ਼ਚਨ ਨੰਬਰ 40, ਦ 7th ਸ਼ਡਿਊਲ ਆਫ ਕੋਨਸਟੀਟਿਊਸ਼ਨ ਆਫ ਇੰਡੀਆ ਕੰਟੇਨਸ, 7th ਸ਼ਡਿਊਲ ਕੀ ਹੈ? ਸਟੇਟਸ ਐਂਡ ਡਿਊਟੀਜ਼, ਸੈਲਰੀਜ਼ ਐਂਡ ਅਲੋਅੈਂਸਿਸ, ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕੰਕਰੈਂਟ ਲਿਸਟ, ਐਲੋਕੇਸ਼ਨ ਆਫ ਸੀਟਸ ਇਨ ਰਾਜ ਸਭਾ। ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਸੀ, ਯੂਨੀਅਨ ਲਿਸਟ, ਸਟੇਟ ਲਿਸਟ ਐਂਡ ਕੰਕਰੈਂਟ ਲਿਸਟ। ਤੁਸੀਂ ਦੇਖ ਸਕਦੇ ਹੋ ਸ਼ਡਿਊਲ 'ਚੋਂ ਬਹੁਤ ਜ਼ਿਆਦਾ ਕੁਸ਼ਚਨ ਪੁੱਛੇ ਗਏ ਹਨ, ਸ਼ਡਿਊਲਸ ਨੂੰ ਲਾਈਨ ਵਾਈਜ਼ ਯਾਦ ਕਰਨਾ ਬਹੁਤ ਜ਼ਰੂਰੀ ਹੈ। ਸ਼ਡਿਊਲ 7 ਆਪਾਂ ਪੜ੍ਹਿਆ ਸੀ ਡਿਸਟ੍ਰੀਬਿਊਸ਼ਨ ਆਫ ਪਾਵਰ ਬਿਟਵੀਨ ਸੈਂਟਰ ਐਂਡ ਸਟੇਟ, ਜਿਸ ਦੇ ਵਿੱਚ ਮੈਂਸ਼ਨ ਹਨ ਯੂਨੀਅਨ ਲਿਸਟ, ਸਟੇਟ ਲਿਸਟ ਅਤੇ ਕੰਕਰੈਂਟ ਲਿਸਟ। ਕੁਸ਼ਚਨ ਨੰਬਰ 41, ਵਿਚ ਅਮੈਂਡਮੈਂਟ ਬਿੱਲ ਇਨਸਰਟਿਡ 10th ਸ਼ਡਿਊਲ ਇਨ ਦ ਕੋਨਸਟੀਟਿਊਸ਼ਨ ਆਫ ਇੰਡੀਆ। 10th ਸ਼ਡਿਊਲ ਦੀ ਗੱਲ ਕਰ ਰਹੇ ਹੈ, ਕਿਹੜੇ ਅਮੈਂਡਮੈਂਟ ਦੇ ਵਿੱਚ ਆਇਆ ਸੀ? 50th, 52nd, 44th ਜਾਂ 61st? ਇਸਦਾ ਕਰੈਕਟ ਆਪਸ਼ਨ ਹੈ ਆਪਸ਼ਨ ਨੰਬਰ ਬੀ, 52nd। ਹੁਣ ਆਪਾਂ ਇੱਥੇ ਕੁਝ ਅਮੈਂਡਮੈਂਟਸ ਦੀ ਗੱਲ ਕਰ ਰਹੇ ਹਾਂ ਜਿਹੜੀਆਂ ਆਪਸ਼ਨ ਦੇ ਵਿੱਚ ਪੁੱਛੀਆਂ ਗਈਆਂ ਸੀ। ਪਹਿਲਾਂ ਗੱਲ ਕਰਦੇ ਹਾਂ 44th ਅਮੈਂਡਮੈਂਟ, 1978 ਦੇ ਵਿੱਚ ਆਈ ਸੀ, ਜਿਸ ਦੇ ਵਿੱਚ ਲੋਕ ਸਭਾ ਦਾ ਟੈਨਿਓਰ ਘਟਾ ਦਿੱਤਾ ਗਿਆ ਸੀ, 6 ਸਾਲ ਤੋਂ ਕਰ ਦਿੱਤਾ ਗਿਆ ਸੀ 5 ਸਾਲ, ਅਤੇ ਰਾਈਟ ਟੂ ਪ੍ਰੋਪਰਟੀ ਨੂੰ ਮੂਵ ਕਰ ਦਿੱਤਾ ਗਿਆ ਸੀ ਫੰਡਾਮੈਂਟਲ ਰਾਈਟ ਤੋਂ ਲੀਗਲ ਰਾਈਟ ਦੇ ਵਿੱਚ। 52nd ਅਮੈਂਡਮੈਂਟ ਜਿਹੜਾ ਕਿ ਆਪਣਾ ਆਂਸਰ ਹੈ, 1985 ਦੇ ਵਿੱਚ ਆਈ ਸੀ, ਜਿਹੜੀ ਕੀ ਸੀ? ਐਂਟੀ ਡਿਫੈਕਸ਼ਨ ਲਾਅ, ਜਿਹਦੇ ਵਿੱਚ ਐਂਟੀ ਡਿਫੈਕਸ਼ਨ ਲਾਅ ਬਾਰੇ ਮੈਂਸ਼ਨ ਕੀਤਾ ਗਿਆ ਹੈ। 61st ਅਮੈਂਡਮੈਂਟ ਐਕਟ 1989 ਦੇ ਵਿੱਚ, ਜਿਸ ਦੇ ਵਿੱਚ ਵੋਟ ਦੀ ਏਜ 21 ਸਾਲ ਤੋਂ ਘਟਾ ਕੇ ਕਰ ਦਿੱਤੀ ਗਈ ਸੀ 18 ਸਾਲ। ਕੁਸ਼ਚਨ ਨੰਬਰ 42, ਇਨ 1953 ਵਿਚ ਵਾਜ ਦ ਫਸਟ ਸਟੇਟ ਇਨ ਇੰਡੀਆ ਟੂ ਬੀ ਫੋਰਮਡ ਔਨ ਪਿਓਰਲੀ ਲਿੰਗੁਇਸਟਿਕ ਬੇਸਿਸ। 1953 ਦੇ ਵਿੱਚ ਨਿਰੋਲ ਭਾਸ਼ਾਈ ਦੇ ਆਧਾਰ ਤੇ ਬਣਨ ਵਾਲਾ ਭਾਰਤ ਦਾ ਪਹਿਲਾ ਰਾਜ ਕਿਹੜਾ ਸੀ? ਪੰਜਾਬ, ਗੁਜਰਾਤ, ਆਂਧਰਾ ਪ੍ਰਦੇਸ਼ ਜਾਂ ਤਾਮਿਲਨਾਡੂ? ਤਾਂ ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਸੀ, ਆਂਧਰਾ ਪ੍ਰਦੇਸ਼। ਫਸਟ ਸਟੇਟ ਲਿੰਗੁਇਸਟਿਕ ਬੇਸਿਸ ਤੇ ਕਿਹੜਾ ਸੀ? ਆਂਧਰਾ ਪ੍ਰਦੇਸ਼। ਆਂਧਰਾ ਪ੍ਰਦੇਸ਼ ਕਦੋਂ ਬਣਿਆ ਸੀ ਸਟੇਟ? 1 ਅਕਤੂਬਰ 1953 ਨੂੰ, ਅਤੇ ਇਹ ਬਾਈਫਰਕੇਟ ਯਾਨੀ ਕਿ ਅੱਡ ਹੋਇਆ ਸੀ ਕਿੱਥੋਂ? ਤਾਮਿਲਨਾਡੂ ਤੋਂ। ਕੁਸ਼ਚਨ ਨੰਬਰ 43, ਵਿਚ ਇਜ਼ ਸੁਪਰੀਮ ਇਨ ਇੰਡੀਅਨ ਪੋਲੀਟੀ, ਭਾਰਤੀ ਰਾਜਨੀਤੀ ਦੇ ਵਿੱਚ ਸਭ ਤੋਂ ਉੱਚਾ ਕੀ ਹੈ? ਦ ਸੁਪਰੀਮ ਕੋਰਟ, ਕੋਨਸਟੀਟਿਊਸ਼ਨ, ਰਿਲੀਜਨ, ਦ ਪਾਰਲੀਅਮੈਂਟ? ਤਾਂ ਇਹ ਕੁਸ਼ਚਨ ਬਹੁਤ ਬੱਚੇ ਗਲਤ ਕਰਕੇ ਆਏ ਸੀ। ਇਸਦਾ ਕਰੈਕਟ ਆਂਸਰ ਹੈ ਆਪਸ਼ਨ ਨੰਬਰ ਬੀ, ਕੋਨਸਟੀਟਿਊਸ਼ਨ ਯਾਨੀ ਕਿ ਸੰਵਿਧਾਨ। ਕੋਨਸਟੀਟਿਊਸ਼ਨ ਯਾਨੀ ਕਿ ਸੰਵਿਧਾਨ ਨੂੰ ਸਭ ਤੋਂ ਸੁਪਰੀਮ ਮੰਨਿਆ ਗਿਆ ਹੈ, ਜਿਸ ਦੇ ਵਿੱਚ ਲੈਜਿਸਲੇਟਿਵ, ਐਗਜ਼ੀਕਿਊਟਿਵ
ਤੇ ਜੁਡੀਸ਼ੀਅਲੀ ਆਰਗਨਸ ਹਨ। ਕੁਐਸਚਨ ਨੰਬਰ 44, ਅਪਾਰਟ ਫਰੋਮ ਦਿੱਲੀ ਵਿਚ ਅਦਰ ਯੂਨੀਅਨ ਟੈਰੀਟਰੀ ਹੈਜ਼ ਇਟਸ ਓਨ ਇਲੈਕਟਿਡ ਵਿਦ ਆਨਸਰ ਬਾਏ ਦ ਐਗਜੀਕਿਊਟਿਵ ਕਾਉਂਸਿਲ ਆਫ ਮਿਨਿਸਟਰਸ ਹੈਡਿਡ ਬਾਏ ਅ ਚੀਫ ਮਿਨਿਸਟਰ। ਤਾਂ ਆਪਾਂ ਕਹਿਣਾ ਕੀ ਚਾਹ ਰਹੇ ਹਾਂ ਇਸ ਕੁਐਸਚਨ ਦੇ ਵਿੱਚ, ਦਿੱਲੀ ਤੋਂ ਇਲਾਵਾ ਹੋਰ ਕਿਹੜੀ ਯੂਨੀਅਨ ਟੈਰੀਟਰੀ ਸੀ? ਤਾਂ ਆਪਸ਼ਨਸ ਹੈ ਆਪਣੇ ਕੋਲ ਦਮਨ ਐਂਡ ਦਿਊ, ਦਾਦਰ ਐਂਡ ਨਗਰ ਹਵੇਲੀ, ਲਕਸ਼ਦਵੀਪ, ਪੌਂਡੀਚੇਰੀ। ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਡੀ, ਪੌਂਡੀਚੇਰੀ। ਤਾਂ ਦਿੱਲੀ ਤੋਂ ਇਲਾਵਾ ਕਿਹੜੀ ਯੂਨੀਅਨ ਟੈਰੀਟਰੀ ਹੈ? ਪੌਂਡੀਚੇਰੀ। ਤਾਂ ਇਸਨੂੰ ਅੱਜ ਦੇ ਟਾਈਮ 'ਤੇ ਕੀ ਬੋਲਿਆ ਜਾਂਦਾ ਹੈ? ਪੁਡੂਚੇਰੀ। ਕੁਐਸਚਨ ਨੰਬਰ 45, ਵਟ ਇਜ਼ ਐਨ ਇਲੈਕਸ਼ਨ ਹੈਲਡ ਫੋਰ ਓਨਲੀ ਵਨ ਕੋਨਸਟੀਚੁਐਂਸੀ ਟੂ ਫਿਲ ਦ ਵੈਕੈਂਸੀ ਕੋਸਡ ਬਾਏ ਡਿਊ ਟੂ ਡੈਥ ਔਰ ਰੈਜ਼ਿਗਨੇਸ਼ਨ ਆਫ ਅ ਮੈਂਬਰ ਕਾਲਡ। ਜੇਕਰ ਕਿ ਕੋਈ ਮੈਂਬਰ ਅਸਤੀਫਾ ਦੇ ਦਿੰਦਾ ਹੈ ਜਾਂ ਉਸਦੀ ਮੌਤ ਹੋ ਜਾਂਦੀ ਹੈ, ਤਾਂ ਉਸਦੇ ਕਾਰਨ ਖਾਲੀ ਥਾਂ ਜਿਹੜੀ ਰਹਿ ਜਾਂਦੀ ਹੈ ਉਸਨੂੰ ਭਰਨ ਦੇ ਲਈ ਇੱਕ ਹਲਕੇ ਦੇ ਵਿੱਚ ਜਿਹੜੀਆਂ ਚੋਣਾਂ ਹੁੰਦੀਆਂ ਉਸਨੂੰ ਕੀ ਕਿਹਾ ਜਾਂਦਾ ਹੈ? ਜਨਰਲ ਇਲੈਕਸ਼ਨ, ਮਿਡ ਟਰਮ ਇਲੈਕਸ਼ਨ, ਕ੍ਰੋਸ ਇਲੈਕਸ਼ਨ ਜਾਂ ਬਾਏ ਇਲੈਕਸ਼ਨ? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਡੀ, ਬਾਏ ਇਲੈਕਸ਼ਨ। ਜੇਕਰ ਕਿਸੇ ਵਿਅਕਤੀ ਦੀ ਮੌਤ ਹੋ ਜਾਂਦੀ ਹੈ ਜਾਂ ਉਹ ਰਿਜ਼ਾਈਨ ਦੇ ਦਿੰਦਾ ਹੈ ਤਾਂ ਇੱਕ ਹਲਕੇ ਦੇ ਵਿੱਚ ਦੁਬਾਰਾ ਇਲੈਕਸ਼ਨ ਕਰਵਾਈਆਂ ਜਾਂਦੀਆਂ ਹਨ, ਤਾਂ ਉਹਨਾਂ ਨੂੰ ਬਾਏ ਇਲੈਕਸ਼ਨ ਬੋਲਿਆ ਜਾਂਦਾ ਹੈ। ਇਹ ਇਲੈਕਸ਼ਨ ਹੋਰ ਕਦੋਂ ਕਰਵਾਈਆਂ ਜਾ ਸਕਦੀਆਂ? ਜਾਂ ਫਿਰ ਜਦੋਂ ਕੋਈ ਵਿਅਕਤੀ ਡਿਸਕੁਆਲੀਫਾਈ ਹੋ ਜਾਏ ਅੰਡਰ ਪਾਰਲੀਮੈਂਟਰੀ ਲਾਅ, ਤਾਂ ਉਸ ਟਾਈਮ ਵੀ ਦੁਬਾਰਾ ਇਲੈਕਸ਼ਨ ਕਰਵਾਈਆਂ ਜਾਂਦੀਆਂ ਹਨ, ਜਿਸ ਨੂੰ ਕੀ ਬੋਲਿਆ ਜਾਂਦਾ ਹੈ? ਬਾਏ ਇਲੈਕਸ਼ਨ। ਕੁਐਸਚਨ ਨੰਬਰ 46, ਹਾਊ ਮੈਨੀ ਲੋਕ ਸਭਾ ਸੀਟਸ ਆਰ ਦੇਅਰ ਇਨ ਪੰਜਾਬ ਸਟੇਟ ਆਫ ਇੰਡੀਆ? ਪੰਜਾਬ ਦੇ ਵਿੱਚ ਲੋਕ ਸਭਾ ਸੀਟਾਂ ਕਿੰਨੀਆਂ ਹਨ? 10, 12, 9 ਜਾਂ 13? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਡੀ, 13। ਪੰਜਾਬ ਦੇ ਵਿੱਚ 13 ਪਾਰਲੀਮੈਂਟਰੀ ਕੌਂਸਟੀਚੁਐਂਸੀਜ਼ ਹਨ, ਜਿਨ੍ਹਾਂ ਦੇ ਵਿੱਚ 9 ਅਸੈਂਬਲੀਜ਼ ਹਨ ਅਤੇ ਜਿਨ੍ਹਾਂ ਦੇ ਵਿੱਚ 4 ਕੌਂਸਟੀਚੁਐਂਸੀਜ਼ ਕਾਹਦੇ ਵਾਸਤੇ ਰਿਜ਼ਰਵ ਹਨ? ਐਸਸੀਜ਼ ਲਈ। ਕੁਐਸਚਨ ਨੰਬਰ 47, ਵਟ ਇਜ਼ ਦ ਟਰਮ ਆਫ ਆਫਿਸ ਆਫ ਪ੍ਰਾਈਮ ਮਿਨਿਸਟਰ? ਤਾਂ ਪ੍ਰਾਈਮ ਮਿਨਿਸਟਰ ਦੇ ਕਾਰਜਕਾਲ ਦੀ ਗੱਲ ਕਰ ਰਹੀ ਹੈ, 4 ਸਾਲ, 3 ਸਾਲ, 5 ਸਾਲ ਜਾਂ ਫਿਰ ਐਟ ਦ ਪਲੈਜਰ ਆਫ ਦ ਪ੍ਰੈਜ਼ੀਡੈਂਟ? ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਡੀ, ਐਟ ਦ ਪਲੈਜਰ ਆਫ ਪ੍ਰੈਜ਼ੀਡੈਂਟ। ਇਹ ਕੁਐਸਚਨ ਵੀ ਬਹੁਤ ਬੱਚੇ ਗਲਤ ਕਰਕੇ ਆਏ ਸੀ ਕਿਉਂਕਿ ਉਹਨਾਂ ਨੇ ਸਿੱਧਾ ਆਨਸਰ ਲਗਾਤਾ ਸੀ 5 ਸਾਲ, ਪਰ ਇਸ ਦੇ ਵਿੱਚ ਇੱਕ ਆਪਸ਼ਨ ਇਹ ਵੀ ਹੈ ਕਿ ਐਟ ਦ ਪਲੈਜਰ ਆਫ ਦ ਪ੍ਰੈਜ਼ੀਡੈਂਟ, ਤਾਂ ਆਪਸ਼ਨ ਡੀ ਇਸਦਾ ਕਰੈਕਟ ਆਨਸਰ ਹੈ। ਪ੍ਰਾਈਮ ਮਿਨਿਸਟਰ ਸਰਵਸ ਐਟ ਦ ਪਲੈਜਰ ਆਫ ਪ੍ਰੈਜ਼ੀਡੈਂਟ, ਹੈਂਸ ਅ ਪ੍ਰਾਈਮ ਮਿਨਿਸਟਰ ਮੇ ਰਿਮੇਨ ਇਨ ਆਫਿਸ ਇਨਡੈਫੀਨੇਟਲੀ, ਯਾਨੀ ਕਿ ਉਹ ਜਿੰਨੇ ਟਾਈਮ ਤੱਕ ਚਾਹੇ ਰਹਿ ਸਕਦਾ ਹੈ, ਪਰ ਇੱਕ ਕੰਡੀਸ਼ਨ ਹੈ, ਐਟ ਦ ਪਲੈਜਰ ਆਫ ਪ੍ਰੈਜ਼ੀਡੈਂਟ। ਕੁਐਸਚਨ ਨੰਬਰ 48, ਦ ਚੀਫ ਇਲੈਕਸ਼ਨ ਕਮਿਸ਼ਨਰ ਇਜ਼ ਅਪੁਆਇੰਟਡ ਬਾਏ, ਕਿਸ ਦੇ ਦੁਆਰਾ ਨਿਯੁਕਤੀ ਕੀਤੀ ਜਾਂਦੀ ਹੈ? ਆਪਸ਼ਨਸ ਹਨ ਦ ਪ੍ਰੈਜ਼ੀਡੈਂਟ, ਦ ਕੈਬਿਨਿਟ ਮਿਨਿਸਟਰਸ, ਦ ਸੁਪਰੀਮ ਕੋਰਟ, ਬਾਏ ਦ ਹਾਊਸ ਆਫ ਪਾਰਲੀਮੈਂਟ। ਤਾਂ ਇਸਦਾ ਕਰੈਕਟ ਆਨਸਰ ਹੈ ਆਪਸ਼ਨ ਨੰਬਰ ਏ, ਦ ਪ੍ਰੈਜ਼ੀਡੈਂਟ। ਚੀਫ ਇਲੈਕਸ਼ਨ ਕਮਿਸ਼ਨਰ, ਇਸਨੂੰ ਹੈੱਡ ਕੌਣ ਕਰਦਾ ਹੈ? ਇਲੈਕਸ਼ਨ ਕਮਿਸ਼ਨ ਆਫ ਇੰਡੀਆ। ਚੀਫ ਇਲੈਕਸ਼ਨ ਕਮਿਸ਼ਨਰ ਦੇ ਵਿੱਚ ਕੌਣ ਕੌਣ ਹੁੰਦਾ ਹੈ? ਇੱਕ ਤਾਂ ਚੀਫ ਇਲੈਕਸ਼ਨ ਕਮਿਸ਼ਨਰ ਆਪ ਹੁੰਦਾ ਹੈ, ਇੱਕ ਇਲੈਕਸ਼ਨ ਕਮਿਸ਼ਨਰਸ ਹੁੰਦੇ ਹਨ, ਅਤੇ ਇਹਨਾਂ ਦੀ ਨਿਯੁਕਤੀ ਕੌਣ ਕਰਦਾ ਹੈ? ਪ੍ਰੈਜ਼ੀਡੈਂਟ। ਕੁਐਸਚਨ ਨੰਬਰ 49, ਦ ਸੁਪਰੀਮ ਕਮਾਂਡ ਆਫ ਦ ਡਿਫੈਂਸ ਫੋਰਸਿਸ ਇਜ਼ ਵੈਸਟਿਡ ਵਿਦ ਦ, ਆਪਸ਼ਨਸ ਹਨ ਫੀਲਡ, ਕਮਾਂਡਰ ਇਨ ਚੀਫ, ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ? ਤਾਂ ਇਸਦਾ ਕਰੈਕਟ ਆਨਸਰ ਹੈ
ऑप्शन नंबर डी प्रेसिडेंट यानी कि राष्ट्रपति। सुप्रीम कमांड जिहड़ी डिफेंस फोर्सेस दी है वो किहदे हथ विच हुंदी है? प्रेसिडेंट दे। प्रेसिडेंट होर की हुंदा है? एक तां हुंदा है डीजी और हैड ऑफ द कंट्री, डीजी और हैड हुंदा है। एक हैड ऑफ एग्जीक्यूटिव हुंदा है, फर्स्ट सिटीजन हुंदा है इंडिया दा, ਅਤੇ ਆਪਣਾ ਕੁਐਸਚਨ ਜੋ ਸੀ ਉਸਦਾ ਆਂਸਰ ਹੈ ਕਮਾਂਡਰ ਇਨ ਚੀਫ ਆਫ ਆਰਮਡ ਫੋਰਸਿਸ ਹੁੰਦਾ ਹੈ। ਕੁਐਸਚਨ ਨੰਬਰ 50, ਵਿਚ ਆਫ ਦਾ ਫੋਲੋਇੰਗ ਆਰਟੀਕਲਸ ਇਨਕਲੂਡਸ ਅ ਸਪੈਸ਼ਲ ਐਡਰੈਸ ਬਾਈ ਦ ਗਵਰਨਰ। ਗਵਰਨਰ ਦੇ ਸਪੈਸ਼ਲ ਐਡਰੈਸ ਬਾਰੇ ਕਿਹੜਾ ਆਰਟੀਕਲ ਹੈ? ਆਰਟੀਕਲ 174, 175, 176, 177। ਇਸਦਾ ਕਰੈਕਟ ਆਂਸਰ ਹੈ ਆਪਸ਼ਨ ਸੀ, ਆਰਟੀਕਲ 176। ਸਪੈਸ਼ਲ ਐਡਰੈਸ ਟੂ ਹਾਊਸ ਬਾਈ ਗਵਰਨਰ ਆਰਟੀਕਲ 176 ਦੇ ਵਿੱਚ ਮੈਂਸ਼ਨ ਹੈ। ਸੋ ਫਰੈਂਡਸ, ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਦੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਨਾਲ ਲੱਗੇ ਪਹਿਲ ਆਈਕਨ ਨੂੰ ਵੀ ਆਨ ਕਰ ਦਿਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨਸ ਤੁਹਾਨੂੰ ਮਿਲਦੇ ਰਹਿਣ। ਮਿਲਦੇ ਹਾਂ ਗਾਇਜ਼ ਨੈਕਸਟ ਵੀਡੀਓ ਦੇ ਵਿੱਚ। ਥੈਂਕ ਯੂ।